गुरु जी का खालसा वाहे वाहे गुरु जी की फतेह। धन धन सतगुरु श्री गुरु ग्रंथ साहिब सच्चे पातशाह जी दी पवित्र अते पावन अमृतमई गोद विच बड़ी दूरों दूरों चल के आप जी जुड़ बैठे हो। महान महाकुंभ है यह, नेता प्रत जिस विच जुड़ के आप जी लाहा प्राप्त कर दे हो। सतगुरां दी सवलड़ी नजर हुई, अज भी आप जी धंदियां धंधारां नूं संकोचदे होए गुरु दी गोद विच जुड़ बैठे हो। सतगुरां दी पावन अमृतमई कथा जिस विचों आप जी ने सरवण कीता बाबा गुरु नानक साहिब, दीन दुनिया नूं तारदे हुए तुलंबे दी धरती तो चल के खुरमाए ने, शहजादे हुए थे पिता दे अस्थान उत्ते गुरु पातशाह ने रहण दा हुक्म कीता, मंजी बख्शिश कीती ते वचन दिते ने जद कदे भी साडे दीदारां दी जरूरत होएगी चेते करियो असी जरूर आवांगे। शहजादे ने सत वचन आखिया, अपना परिवार राय भोए दी तलवंडी तो लैके नगर खुरम विच वसाया, इत्थे बड़ा माण सत्कार इन्हां नूं प्राप्त होया। सच्चे पातशाह इत्थों चलदे होए कंधार दी धरती ते आए, एक फकीर दे दरवाजे ते सतगुरु पहुंचे ने जिहदा नां है यार होली। गुरु नानक पातशाह दी मूरत वेख बड़ा प्रभावित होया। वो गुरु पातशाह नूं सवाल करदा, कौन हो तुसी, नाम की है? गुरु नानक साहब जी ने जवाब दिता, मां नाम नानक निरंकारी, बंदा हाओ खुदाए का जानो। बस मेरा एक ही सज्जन अकाल पुरख परमात्मा है, मैं उहदा बंदा हाँ, नाम मेरा नानक निरंकारी है। सतगुरां दे इन्हां वचनां ने यार वली फकीर नूं अंदरों ही खोलिया। ते दो वचन सुन के गुरु पातशाह दे चरणा वल हो गया, क्योंकि अवस्था करके जुड़िया ते गुरु साहब नूं जान गया। इन्हां सारे प्रकरणा नूं आप जी ने बड़े विस्थार सहित सरवण कीता। आओ बिरतियां नूं लैके चलीए कंधार दी धरती अफगान च, सुरत नूं करो एकागर चित, प्रेम सहित आखो जी सतनाम से सतनाम श्री। बंदा हो खुदाई का जानो, पुल बूझत निज पीर बखानो। गुरु नानक साहब सच्चे पातशाह नु जो पीर यार वली पुछदा है, तुहाडा मुर्शिद कौन है? कोई तो गुरु धारण किया होना। तो गुरु नानक साहब महाराज आखन लगे, कहते मैं सिर्फ उस रब का बंदा, बंदा हाओ खुदाए का जानो। हुण बंदा कौन है? साहब बाणी विच आखदे, बंदा होए तां बंदगी है,
ਜੇ ਬੰਦਿਆਂ ਦੇ ਸਰੀਰ ਵਿੱਚ ਕੋਈ ਤੁਰਿਆ ਫਿਰਦਾ ਬੰਦਗੀ ਨਹੀਂ ਕਰਦਾ, ਨਿਰਾਪੁਰਾ ਪਸ਼ੂ ਹੈ, ਪਸ਼ੂਆਂ ਵਾਲੀ ਬਿਰਤੀ ਹੈ। ਪਰ ਬੰਦਾ ਇਹੋ ਹੈ ਜੋ ਖੁਦਾ ਦੀ ਬੰਦਗੀ 'ਚ ਜੁੜਿਆ ਹੋਇਆ। ਸਤਿਗੁਰੂ ਕਹਿੰਦੇ ਇੱਕ ਰੱਬ ਦੇ ਬੰਦੇ ਹਾਂ, ਸਾਡਾ ਕੋਈ ਗੁਰੂ ਨਹੀਂ, ਕੋਈ ਪੀਰ ਨਹੀਂ, ਕੋਈ ਫਕੀਰ ਨਹੀਂ, ਸਾਡੀ ਕਿਸੇ ਨਾਲ ਕੋਈ ਸਾਂਝ ਨਹੀਂ। ਬਚਨ ਬੜਾ ਗਹਿਰਾ ਸੀ, ਇਕੱਲੇ ਆਏ ਹਾਂ ਅਤੇ ਇਕੱਲੇ ਜਾਣਾ, ਜਿਹਦੇ ਵਿੱਚੋਂ ਆਏ ਹਾਂ ਉਸੇ ਵਿੱਚ ਸਮਾਉਣਾ। ਯਾਰ ਬਲੀ ਤੇਰਾ ਕੋਈ ਪੀਰ ਅਤੇ ਮੁਰਸ਼ਦ ਹੋ ਸਕਦਾ, ਸਾਡਾ ਤੇ ਮੁਰਸ਼ਦ ਇੱਕ ਨਿਰੰਕਾਰ ਹੈ, ਉਸੇ ਨੂੰ ਚੇਤੇ ਕਰਦੇ ਹਾਂ। ਯਾਰ ਵਾਲੀ ਪੀਰ ਫਿਰ ਸਵਾਲ ਕਰਦਾ ਫਕੀਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ, ਕਹਿੰਦਾ ਮਹਾਂਪੁਰਖ ਰੱਬ ਨੂੰ ਛੱਡ ਕੇ ਕਿਸੇ ਹੋਰ ਨੂੰ ਮੁਰਸ਼ਦ ਕਿਉਂ ਨਹੀਂ ਬਣਾਇਆ, ਕਿਉਂਕਿ ਰੱਬ ਨੂੰ ਤੇ ਮਿਲਣਾ ਹੀ ਬਹੁਤ ਔਖਾ ਹੈ। ਸਤਿਗੁਰੂ ਕਹਿੰਦੇ ਯਕ ਏ ਖੁਦਾਏ ਦੇਵਰ ਨਾ ਹੋਈ। ਯਾਰ ਵਾਲੀ ਇੱਕ ਰੱਬ ਅੱਲਾ ਅਕਾਲ ਪੁਰਖ ਵਾਹਿਗੁਰੂ ਤੋਂ ਬਗੈਰ ਦੂਜਾ ਰੱਬ ਹੀ ਕੋਈ ਨਹੀਂ। ਮੈਂ ਦੂਜੇ ਨੂੰ ਤੇ ਮੁਰਸ਼ਦ ਤਾਂ ਬਣਾਉਂਦਾ, ਦੂਜੇ ਨੂੰ ਤੇ ਗੁਰੂ ਤਾਂ ਆਖਦਾ ਜੇ ਉਹ ਰੱਬ ਬਿਨਾਂ ਕੋਈ ਦੂਜਾ ਹੋਰ ਹੁੰਦਾ, ਸਤਨਾਮ ਇੱਕੋ ਹੀ ਹੈ, ਇੱਕ ਤੋਂ ਬਿਨਾਂ ਕੋਈ ਹੋਰ ਨਹੀਂ। ਹੁਣ ਇੱਥੇ ਕਈ ਨਾ ਬਾਣੀ ਦਾ ਜ਼ਿਕਰ ਕਰਦੇ ਪਰ ਉਹ ਸ਼ਬਦ ਬਾਣੀ ਦਾ ਨਹੀਂ, ਇੱਕੋ ਕਹੀ ਹੈ ਨਾਨਕਾ ਜੋ ਜਲ ਥਲ ਰਹਿਆ ਸਮਾਏ, ਦੂਜਾ ਕਾਹੇ ਸਿਮਰੀਏ ਜੰਮੇ ਤੇ ਮਰ ਜਾਏ। ਤੁਰਕੀ ਬਾਣੀ ਦਾ ਸ਼ਬਦ ਨਹੀਂ ਹੈ, ਇਹ ਪ੍ਰਿਥੀ ਚੰਦ ਦਾ ਲਿਖਿਆ ਹੋਇਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇੱਕ ਹੈ ਅਕਾਲ ਪੁਰਖ ਏਕੋ ਹੈ, ਭਾਈ ਏਕੋ ਹੈ, ਸਾਹਿਬ ਵੇਆ ਏਕੋ ਹੈ। ਜਦੋਂ ਸਾਹਿਬ ਇੱਕ ਹੈ, ਦੂਜਾ ਹੈ ਹੀ ਕੋਈ ਨਹੀਂ, ਦੂਜਾ ਨਾਂ ਤੇ ਦੁਬਧਾ ਦਾ, ਦੂਜਾ ਨਾਂ ਤੇ ਮਾਇਆ ਦਾ ਏ। ਯਾਰ ਬਲੀ ਦੱਸ ਮੈਂ ਕਿਹਨੂੰ ਖੁਦਾ ਤੇ ਅੱਲਾ ਆਖਾਂ, ਜਦੋਂ ਅੱਲਾ ਇੱਕ ਹੈ, ਉਹਦੇ ਵਰਗਾ ਦੂਜਾ ਅੱਲਾ ਵੀ ਕੋਈ ਨਹੀਂ। ਕਹਿੰਦੇ ਇਹ ਬਚਨ ਜਦੋਂ ਸੁਣੇ ਉਹ ਸਾਧੂ ਦਾ ਸਰੀਰ ਕੰਬ ਉੱਠਿਆ। ਯਾਰ ਵਲੀ ਦਾ ਵੀ ਅਸੀਂ ਤੇ ਕਦੇ ਕਿਸੇ ਨੂੰ ਪੀਰ ਬਣਾ ਲਿਆ, ਕਿਸੇ ਨੂੰ ਮੁਰਸ਼ਦ ਬਣਾ ਲਿਆ, ਇਹ ਕਹਿੰਦੇ ਇੱਕ ਬਿਨਾਂ ਦੂਜਾ ਹੈ ਹੀ ਕੋਈ। ਬਾਣੀ ਦਾ ਫੈਸਲਾ ਇੱਕ ਬਿਨ ਸਭ ਧੰਦ ਹੈ, ਬਹੁ ਮਿੱਠਾ ਲਾਇਆ। ਗੁਰੂ ਸਾਹਿਬ ਕਹਿੰਦੇ ਇੱਕ ਰੱਬ ਤੋਂ ਬਗੈਰ ਜੇ ਕੋਈ ਦੂਜੇ ਦੀ ਗੱਲ ਕਰਦਾ ਉਹ ਰੱਬ ਨਹੀਂ, ਉਹ ਧੰਦਾ ਹੀ ਆ। ਸਪਸ਼ਟ ਗੱਲ ਹੈ ਜੀ, ਰੱਬ ਨੂੰ ਛੱਡ ਕੇ ਕੋਈ ਦੂਜਾ ਰੱਬ ਬਣਿਆ ਫਿਰਦਾ ਜਾਂ ਦੂਜੇ ਤੀਜੇ ਰੱਬ ਦੀ ਗੱਲ ਕਰੇ, ਕੋਈ ਉਹ ਧੰਦਿਆਂ ਦੀਆਂ ਗੱਲਾਂ ਨੇ। ਧੰਦੇ ਚੱਲ ਵੀ ਪੈਂਦੇ ਆ, ਘਾਟੇ ਵਾਧੇ ਹੋ ਵੀ ਜਾਂਦੇ ਆ, ਪਰ ਰੱਬ ਦੇ ਮਾਰਗ 'ਚ ਨਾ ਕੋਈ ਘਾਟਾ, ਨਾ ਕੋਈ ਵਾਧਾ, ਨਾ ਕੁਝ ਖੱਟਿਆ, ਨਾ ਕੁਝ ਗਵਾਇਆ, ਇੱਥੇ ਸੰਤੁਲਿਤ ਹੈ, ਇਕਾਗਰ ਚਿੱਤ ਹੈ। ਗੁਰੂ ਸਾਹਿਬ ਕਹਿੰਦੇ ਜਦੋਂ ਇੱਕ ਤੋਂ ਬਿਨਾਂ ਦੂਜਾ ਹੈ ਹੀ ਨਹੀਂ, ਸਭ ਨੇ ਮਰ ਜਾਣਾ, ਜੋ ਜੰਮਿਆ ਉਹਨੇ ਮਰ ਜਾਣਾ, ਉਹਦੇ ਸਿਰ ਤੇ ਮੌਤ ਕਾਲ ਲਿਖੇ ਆ, ਤੇ ਉਹ ਰੱਬ ਕਾਹਦਾ ਜਿਹੜਾ ਮਰ ਗਿਆ, ਉਹ ਰੱਬ ਨਹੀਂ ਮਰਦਾ, ਖੁਦਾ ਨਹੀਂ ਮਰਦਾ, ਕਿਉਂਕਿ ਉਹ ਕਾਲ ਦੇ ਵਿੱਚ ਬੱਧਿਆ ਨਹੀਂ ਹੋਇਆ। ਜਿੰਨੇ ਦੇਵੀ ਦੇਵਤੇ ਪੀਰ ਪੈਗੰਬਰ ਔਲੀਏ ਅਵਤਾਰ ਜੱਗ ਤੇ ਹਨ, ਆਏ ਨੇ ਆਉਂਦੇ ਰਹਿਣਗੇ, ਇਹ ਜੰਮਦੇ ਮਰਦੇ ਆ, ਇਹ ਕਾਲ ਦੇ ਵਸ ਨੇ। ਪਰ ਅਕਾਲ ਪੁਰਖ ਉਹ ਕਿਸੇ ਕਾਲ ਦੇ ਵਸ ਨਹੀਂ, ਕਿਸੇ ਸਮੇਂ ਦੇ ਵਸ ਨਹੀਂ, ਇਸ ਕਰਕੇ ਉਹ ਇੱਕ ਹੈ। ਗੁਰੂ ਬਾਬਾ ਜੀ ਕਹਿੰਦੇ ਮੈਂ ਤੇ ਇੱਕ ਦਾ ਹੀ ਪੁਜਾਰੀ ਹਾਂ ਤੇ ਇੱਕ ਦਾ ਹੀ ਆਸ਼ਿਕ, ਉਸੇ ਦਾ ਦੀਵਾਨਾ ਹਾਂ। ਤਾਂ ਹੀ ਤੇ ਸਤਿਗੁਰਾਂ ਨੂੰ ਕੋਈ ਦੀਵਾਨਾ ਕਹਿੰਦਾ ਸੀ, ਕੋਈ ਮਸਤਾਨਾ ਕਹਿੰਦਾ ਸੀ, ਕੋਈ ਪੀਰ ਆਖਦਾ, ਕੋਈ ਫਕੀਰ ਆਖਦਾ, ਕੋਈ ਬਲੀ ਆਖਦਾ, ਕੋਈ ਸਾਧੂ ਕਹਿੰਦਾ, ਇੱਕ ਤੋਂ ਬਿਨਾਂ ਦੂਜਾ ਨਹੀਂ ਮੰਨਿਆ। ਅਤੇ ਕਿੱਡਾ ਸੌਖਾ ਸਪਸ਼ਟ ਸ਼ਬਦਾਂ ਵਿੱਚ ਪੱਧਰਾ ਰਸਤਾ ਹੈ ਵੀ ਇੱਕ ਰੱਬ ਤੋਂ ਬਿਨਾਂ ਦੂਜਾ ਹੋਰ ਨਹੀਂ, ਅਤੇ ਬੰਦਿਆ ਫਿਰ ਫਿਰਨਾ ਕਿਉਂ ਕਿਸੇ ਪਿੱਛੇ। ਜਿੱਦਾਂ ਇੰਨੀ ਗੱਲ ਸਮਝਣ ਵਾਸਤੇ ਜ਼ਿੰਦਗੀ ਲੰਘ ਜਾਂਦੀ ਵੀ ਰੱਬ ਇੱਕ ਹੈ, ਕਹਿਣ ਨੂੰ ਸਾਰੀ ਦੁਨੀਆ ਰੌਲਾ ਪਾਉਂਦੀ ਫਿਰਦੀ ਹੈ, ਗੋਡ ਇਜ਼ ਵਨ, ਕਹਿਣ ਨਾਲ ਕੀ ਹੋਣਾ, ਜਿੱਦਣ ਮੰਨੇਗਾ ਗੱਲ ਤੇ ਉੱਦਣ ਹੈ ਨਾ। ਜਿਹੜਾ ਕਹਿੰਦਾ ਰੱਬ ਇੱਕ ਹੈ, ਉਹਨੇ ਪਤਾ ਨਹੀਂ ਕਿੰਨੇ ਕੁ ਖਸਮ ਬਣਾਏ ਹੋਏ, ਕਿੰਨੇ ਕੁ ਰੱਬ ਸਾਜੇ ਹੋਏ ਆ, ਕਿੰਨਿਆਂ 'ਤੇ ਆਸ ਰੱਖੀ ਫਿਰਦਾ। ਪਰ ਗੁਰੂ ਨਾਨਕ ਸਾਹਿਬ ਦੇ ਸਪਸ਼ਟ ਬਚਨ ਸੀ, ਉਸ ਪੀਰ ਦੇ ਤਾਈਂ, ਯਾਰ ਵਾਲੀ ਫਕੀਰ ਦੇ ਤਾਈਂ, ਗੁਰੂ ਨਾਨਕ ਸਾਹਿਬ ਕਹਿੰਦੇ ਯਕ ਇੱਕੋ ਹੀ ਹੈ ਸਾਡਾ ਦਿਗਰ, ਦੂਜਾ ਕੋਈ ਨਹੀਂ ਹੈ, ਜਿਹਨੂੰ ਮੈਂ ਖੁਦਾ ਆਖਾਂ। ਸੁਣਤ ਪਾਦੀਕ ਨਿਹਾਲਾ, ਤਰੁ ਚਰਨ ਪੁਰ ਸਿਰ ਤਤਕਾਲਾ। ਜਦੋਂ
ਸਤਿਗੁਰਾਂ ਦੇ ਬਚਨਾਂ ਨੂੰ ਸੁਣਿਆ ਯਾਰ ਵਾਲੀ ਫਕੀਰ ਲੰਮਿਆਂ ਪੈ ਕੇ ਡੰਡਾਉਤ ਕਰਦੀ। ਮਰਦ ਕਹਿੰਦੇ ਮੱਥਾ ਕਿਉਂ ਟੇਕਦਾ? ਕਹਿੰਦਾ ਵਾਹ ਓਏ ਰੱਬਾ, ਇੱਕ ਸੀ ਇੱਕ ਹੈ ਇੱਕ ਹੀ ਰਹੇਗਾ, ਪਛਾਣਿਆ ਹੀ ਮੈਂ ਅੱਜ ਆਖੋ ਸਤਨਾਮ। ਇੱਕ ਦੀ ਗੱਲ ਕਰਨ ਵਾਲਾ ਉਹ ਕੀ ਹੈ ਜਿਹੜਾ ਨਿਰਭਉ ਹੋਏਗਾ, ਨਿਰਵੈਰ ਹੋਏਗਾ। ਦੁਨੀਆਂ ਦੇ ਧਰਮਾਂ ਵਿੱਚ ਨਾ ਨਿਰਭਉਤਾ ਹੈ ਨਾ ਨਿਰਵੈਰਤਾ ਹੈ। ਸਭ ਨੇ ਕਿਸੇ ਨਾ ਕਿਸੇ ਨਾਲ ਸਿੰਘ ਫਸਾਏ ਹੋਏ, ਅਸੀਂ ਵੀ ਫਸਾਈ ਕਰਦੇ। ਸਭ ਨੂੰ ਕਿਸੇ ਨਾ ਕਿਸੇ ਦਾ ਡਰ ਹੈ, ਪਰ ਇੱਕ ਅਕਾਲ ਦਾ ਜਿਹੜਾ ਸਿੱਖ ਆ ਨਾ ਪਰਮਾਤਮਾ ਦਾ, ਉਹਨੂੰ ਕਿਸੇ ਦਾ ਭਾਉ ਨਹੀਂ। ਉਹਦਾ ਅਸੂਲ ਹੈ ਪੈ ਕਾਹੂ ਕਉ ਦੇ ਤਨੈ ਨਹਿ ਪੈਮਾਨ ਧਿਆਨ। ਉਹ ਨਾ ਕਿਸੇ ਨੂੰ ਡਰਾਉਂਦਾ ਤੇ ਨਾ ਹੀ ਕਿਸੇ ਦਾ ਡਰ ਬੰਨਦਾ ਹੈ। ਮੰਨਦਾ ਵੀ ਕਿਸੇ ਦਾ ਭਾਉ ਪੈ ਨਹੀਂ, ਕਿਉਂਕਿ ਰੱਬ ਨਾਲ ਜੁੜੇ ਹੈ, ਅਕਾਲ ਨਾਲ ਜੁੜੇ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਯਾਰ ਵਲੀ, ਇੱਕ ਤੋਂ ਬਿਨਾਂ ਕੁਝ ਨਹੀਂ ਹੋਣਾ, ਸਭ ਮਾਇਆ ਦੇ ਧੰਦੇ ਨੇ, ਸਭ ਫੋਕਟ ਕਰਮ ਹਨ। ਜਿੱਦਣ ਤੂੰ ਇੱਕ ਨਾਲ ਜੁੜ ਜਾਏਗਾ ਨਾ, ਫਿਰ ਅਵਸਥਾ ਬਣ ਜਾਏਗੀ ਤਨ ਮਨ ਹੋਏ ਨਿਹਾਲ, ਜਾਗੋ ਦੇਖਾ ਸਾਹਮਣੇ। ਤੇਰਾ ਤਨ ਅਤੇ ਮਨ ਦੋਨੋਂ ਨਿਹਾਲ ਹੋ ਜਾਣਗੇ ਜਿੱਦਣ ਤਨ ਕਰਕੇ ਮਨ ਕਰਕੇ ਇੱਕ ਨੂੰ ਸਾਹਮਣੇ ਵੇਖ ਲਏ। ਅਜੇ ਤੇ ਸਾਡਾ ਨਿਸ਼ਚਾ ਅਟਲ ਨਹੀਂ, ਡੋਲਦਾ ਹੈ, ਡੋਲ ਜਾਂਦਾ ਹੈ। ਬੜੀ ਵਾਰ ਮੁਸੀਬਤਾਂ ਆਉਂਦੀਆਂ ਨੇ, ਦੁੱਖ ਆਉਂਦੇ ਨੇ, ਅਸੀਂ ਡੋਲ ਜਾਂਦੇ ਹਾਂ, ਰੱਬ ਨੂੰ ਵੀ ਕੋਸ ਲੈਂਦੇ ਹਾਂ। ਪਰ ਜਿਹੜਾ ਰੱਬ ਨਾਲ ਅੰਦਰੋਂ ਜੁੜ ਗਿਆ, ਜਿਹਨੂੰ ਪਤਾ ਵੀ ਇੱਕ ਬਿਨਾਂ ਇੱਥੇ ਦੂਜਾ ਹੈ ਹੀ ਕੋਈ ਨਹੀਂ, ਉਹ ਫਿਰ ਇੱਕ ਨੂੰ ਚੇਤੇ ਕਰਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਦੱਸ ਜੇ ਕੋਈ ਦੂਜਾ ਹੋਵੇ। ਕਹਿੰਦਾ ਨਹੀਂ ਪਾਤਸ਼ਾਹ, ਮੈਂ ਵੀ ਜਾਣ ਲਿਆ, ਸੁਣਿਆ ਸੀ, ਮੰਨਿਆ ਸੀ ਰੱਬ ਇੱਕ ਹੈ, ਪਰ ਹਰ ਬੰਦਾ ਠੇਕੇਦਾਰ ਬਣ ਕੇ ਕਹਿੰਦਾ ਸੀ ਰੱਬ ਨੂੰ ਮੈਂ ਹੀ ਮਿਲਾ ਸਕਦਾ। ਕਿਸੇ 'ਚ ਜ਼ੁਰਤ ਹੈ ਰੱਬ ਨੂੰ ਮਿਲਾਉਣ ਦੀ? ਮਿਲਾ ਉਹੀ ਸਕਦਾ ਜੋ ਰੱਬ ਦਾ ਰੂਪ ਹੋ ਗਿਆ। ਸਤਨਾਮ। ਦੂਜਾ ਤੀਜਾ ਕੌਣ ਹੈ? ਰੱਬ ਨੂੰ ਮਿਲਿਆ ਤੇ ਉਹਦੀ ਜ਼ੁਬਾਨ ਹੀ ਨਹੀਂ ਬੋਲ ਕੇ ਕਹਿ ਸਕਦੀ ਵੀ ਮੈਂ ਰੱਬ ਨੂੰ ਮਿਲਿਆ। ਜਿੱਥੇ ਕਹਿਤਾ ਵੀ ਮੈਂ ਮਿਲਿਆ, ਉੱਥੇ ਤੇ ਹਉਮੈ ਬੋਲ ਰਹੀ ਹੈ, ਉੱਥੇ ਰੱਬ ਥੋੜ੍ਹੀ ਹੈ। ਮਿਲਿਆ ਹੋਇਆ ਉਹੀ ਹੈ ਜਿਹੜਾ ਅੰਦਰੋਂ ਜੁੜ ਗਿਆ, ਬਾਹਰੋਂ ਲੱਗਦਾ ਨਹੀਂ ਵੀ ਜੁੜਿਆ ਹੋਇਆ। ਬਾਹਰੋਂ ਤੇ ਕਮਲਾ ਲੱਗਦਾ ਲੋਕਾਂ ਨੂੰ, ਝੱਲਾ ਲੱਗਦਾ, ਪਰ ਅੰਦਰੋਂ ਇੱਕ ਨਿਕਲਿਆ। ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਉਹਨੇ ਬੜੇ ਅਦਬ ਨਾਲ ਬਿਠਾਇਆ ਭਾਈ ਬਾਲਾ ਜੀ ਸਤਿਗੁਰਾਂ ਦੇ ਨਾਲ। ਕਹਿੰਦਾ ਜੀ ਮੈਨੂੰ ਉਪਦੇਸ਼ ਦੇ ਦਿਓ, ਤੁਹਾਡੇ ਬਚਨਾਂ ਨੇ ਮੈਨੂੰ ਸਕੂਨ ਬਖਸ਼ਿਆ ਏ। ਮੁਖ ਦਾਇ ਹੋ ਧਰਿਓ ਸਰੀਰਾ, ਪਰੋ ਜਨਮ ਮਰਨ ਕੀ ਪੀਰਾ। ਪਾਤਸ਼ਾਹ ਕਹਿੰਦੇ ਤੈਨੂੰ ਮਿਲ ਕੇ ਕੀ ਪ੍ਰਾਪਤ ਹੋਇਆ? ਕਹਿੰਦਾ ਜੀ ਤੁਹਾਨੂੰ ਮਿਲ ਕੇ ਮੈਨੂੰ ਮੋਕਸ਼ ਮਿਲ ਗਿਆ। ਮੁਕਤੀ? ਮੁਕਤੀ ਕਿਹੜੀ ਹੈ? ਮਨ ਦੇ ਤਲ ਤੇ, ਸਰੀਰ ਦੇ ਤਲ ਤੇ, ਵਿਚਾਰਾਂ ਦੇ ਤਲ ਤੇ ਮੁਕਤ ਹੋ ਜਾਣਾ। ਅੱਜ ਅਸੀਂ ਮੁਕਤ ਨਹੀਂ ਹਾਂ, ਮਰਿਆਂ ਤੋਂ ਮੁਕਤੀ ਲੱਭਦੇ ਹਾਂ, ਵਿਚਾਰਾਂ ਦੇ ਬੰਧਨ ਕਸਾਰੇ ਬੰਨੇ ਹੋਏ, ਸੁੱਤੇ ਪਏ ਵੀ ਖਿਆਲ ਚੱਲਦੇ ਆ, ਸੁਪਨੇ 'ਚ ਵੀ ਚੱਲਦੇ। ਮਨ ਹਰ ਵੇਲੇ ਆਪ ਹੀ ਲੜ ਪੈਂਦਾ, ਆਪ ਹੀ ਹੱਸ ਪੈਂਦਾ, ਆਪ ਹੀ ਬੋਲ ਪੈਂਦਾ। ਸਾਨੂੰ ਸਾਡੇ ਮਨ ਨੇ ਦੁਖੀ ਕੀਤਾ ਹੋਇਆ। ਸਾਡਾ ਦੁਸ਼ਮਣ ਨਾ ਰੱਬ ਹੈ, ਨਾ ਸਾਡਾ ਦੁਸ਼ਮਣ ਕੋਈ ਸੰਸਾਰੀ ਬੰਦਾ ਹੈ। ਸਾਡਾ ਮਨ ਹੀ ਜਿਹਨੂੰ ਚਾਹੇ ਮਿੱਤਰ ਬਣਾ ਲਏ, ਜਿਹਨੂੰ ਚਾਹੇ ਵੈਰੀ ਬਣਾ ਲਏ, ਇਹ ਮਨ ਦੀ ਅਵਸਥਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਅਕਾਲ ਪੁਰਖ ਪਰਮਾਤਮਾ ਨੂੰ ਚਿੱਤ ਚੇਤੇ ਵਿੱਚ ਰੱਖੇਗਾ ਤੇ ਜੀਵਨ ਕਰਕੇ ਮੁਕਤ ਹੋ ਜਾਏਗਾ, ਕਿਉਂਕਿ ਇੱਕ ਨੇ ਕਿਹਾ ਮੈਂ ਸ੍ਰਿਸ਼ਟੀ ਸਾਜੀ ਹੈ ਤੇ ਢਾਉਣੀ ਵੀ ਹੈ, ਤੇ ਸਜਣ ਵਾਲੀ, ਬਣਨ ਵਾਲੀ ਤੇ ਢਹਿਣ ਵਾਲੀ ਵਿੱਚ ਬੰਦਿਆ ਤੂੰ ਪੈਦਾ ਹੋਇਆ, ਤੇ ਫਿਰ ਤੂੰ ਕਿਵੇਂ ਰਹਿ ਸਕਦਾ? ਜਦ ਬਣਾਉਣ ਵਾਲੇ ਨੇ ਕਹਿ ਦਿੱਤਾ ਤੂੰ ਪਾਣੀ ਦਾ ਬੁਲਬਲਾ ਹੈ, ਤੇਰੀ ਮਰਿਆਦ ਕੋਈ ਨਹੀਂ, ਜਦੋਂ ਕਹਿਣ ਵਾਲਾ ਕਹਿੰਦਾ ਏ, ਬਣਾਉਣ ਵਾਲਾ ਕਹਿੰਦਾ ਏ, ਤੇ ਬੰਦਿਆ ਤੂੰ ਬੁਲਬਲਾ ਬਣ ਕੇ ਵੀ ਮਾਣ ਕਰਦਾ ਫਿਰਦਾ ਵੀ ਮੈਂ ਸਦਾ ਰਹਿਣਾ, ਮੈਨੂੰ ਕੋਈ ਬਚਾ ਲਊਗਾ, ਮੈਨੂੰ ਕੋਈ ਰੱਖ ਲਊਗਾ? ਕਹਿੰਦੇ ਨਹੀਂ, ਇੱਕ ਬਿਨਾਂ ਕੁਝ ਨਹੀਂ। ਕਹਿੰਦਾ ਪਾਤਸ਼ਾਹ ਮੈਨੂੰ ਤੁਹਾਡੇ ਬਚਨ ਸੁਣ ਕੇ ਅੰਦਰੋਂ ਸਮਝ ਆ ਗਈ ਵੀ ਅੱਲਾਹ ਖੁਦਾ ਤਾਲਾ ਤੋਂ ਬਗੈਰ ਇੱਥੇ ਕੋਈ ਵੀ ਸੱਚ ਨਹੀਂ, ਇੱਕੋ ਹੀ ਆ। ਉਹਦਾ ਕਿਸੇ ਨਾਲ ਕੋਈ ਵੈਰ ਨਹੀਂ, ਉਹਦਾ ਕਿਸੇ ਨਾਲ ਕੋਈ ਪਿਆਰ ਨਹੀਂ। ਇਹੀ ਤੇ ਗੁਣ ਗੁਰੂ ਕੇ ਖਾਲਸੇ ਵਿੱਚ ਨੇ, ਇਹੀ ਗੁਣ ਗੁਰੂ ਨਾਨਕ ਸਾਹਿਬ ਦੇ ਸਿੱਖ ਦੇ ਵਿੱਚ ਨੇ। ਉਹ ਨਾ ਕਿਸੇ ਤੋਂ ਡਰਦਾ, ਨਾ ਕਿਸੇ ਅੱਗੇ ਝੁਕਦਾ, ਤੇ ਨਾ ਹੀ ਕਿਸੇ ਨੂੰ ਝੁਕਾਉਣਾ ਚਾਹੁੰਦਾ। ਬਚਨ ਸੁਣ ਕੇ ਸਤਿਗੁਰਾਂ ਦੇ ਕੋਲੇ ਬੈਠਾ ਰਿਹਾ, ਜਲ ਪਾਣੀ ਪੁੱਛਿਆ। ਮਰਦ ਕਹਿੰਦੇ ਨਹੀਂ, ਅਸੀਂ ਪੌਣਾ ਹਾਰੀ ਹਾਂ, ਭੋਜਨ ਨਹੀਂ ਛੱਡਦੇ, ਪ੍ਰਾਣਾਂ ਦਾ ਆਹਾਰ ਕਰਦੇ ਹਾਂ, ਇਸੇ ਦਾ ਹੀ ਸਾਡੇ ਕੋਲ ਭੋਜਨ। ਕਹਿੰਦਾ ਪਾਤਸ਼ਾਹ ਫਿਰ ਮੇਰੇ 'ਤੇ ਵੀ ਕਿਰਪਾ ਕਰ ਦਿਓ। ਗੁਰੂ ਸਾਹਿਬ ਕਹਿੰਦੇ ਬੋਲ ਸਤਿ ਕਰਤਾਰ।
बोल वाहिगुरु। जदों कहते उस पीर ने रसना तो वाहिगुरु आख्या अंदर दे कपाट खुल गए, अंदरों अपने आप दे अवगुण दिसदे ने, अपने गुण भी नजर आउंदे ने। दुनिया झूठी जापदी है, मैं जानो निज पीर मिसाला, तुम रूपा मुरीद त्यो पाला। कहिंदा बाबा मैनू अपना मुरीद बना लो, मैं तुहाडा मुरीद बनना चाहुंदा, तुसी मेरे मुरशद बन जो, मेरे गुरु बन जो। गुरु नानक साहब कहिंदे नहीं, गुरु ते इको ही है, वो तेरा भी गुरु है ते मेरा भी गुरु है। मन्नी भावे ना मन्नी, सब दा गुरु रब है। पर वो अलग गल आ भी बंदे नूं उहदी समझ नहीं, उहदी सोच ही नहीं। बंदा जिहनूं वेखदा उह प्रभावित जा होके उसी नूं रब बना के बह जाता। तीजे एक दिन रब बदलिया हुंदा, पंजवें एक साल बंदे ने धर्म बदलिया हुंदा, मतलब सैटिस्फैक्शन नहीं है अंदर, अंदर का आनंद बरकरार नहीं है। जो एक नाल जुड़ गया उहनूं ते परवाह ही नहीं किसी दी, उह कहिंदा किसी कोल है की है। एक वाहिगुरू तो बिना कहते कुछ भी नहीं, जिते मर्जी ठोकर खा लो। कहिंदा जी मुरीद बना लो, मैं तुहाडा सेवक बनना चाहुंदा। गुरु पातशाह कहिंदे सेवक ते ठीक है, पर बंदगी ते करनी पैनी है ना। ये तो नहीं भी जे तू साडा सिख बन गया तेरा भगती तो खेड़ा जुड़ गया। साडा हिसाब यही है भी असी कोई ना जुड़िया होया लभ लिए जिहड़ा बंदगी करदा है, भी बाबा जी मेरे नाम का पाठ भी तुसी कर लिया करो, सेवा भी तुसी कर लिया करो, अमृत वेले भी तुसी जाग दिया करो। पर कृपा करके ना साडे टब्बर की अरदास करके ते सिर ते हाथ रख दिया करो। ये तां नहीं होना, रोटी तुसी खाओ ते मेरी भुख कितना मर सकदी है, पानी तुसी पीवो ते मैनू पानी विखा विखा पीओ ते मेरी प्यास मुक जू नहीं। जिन्हें छकना है तृप्ति उसे मिलनी, जिन्हें जल छक लैना है आनंद उसे प्राप्त होना है। बंदगी करनी पैनी, नाम जपना पैना है, गुरु वाले बनना पैना है। गल तां बननी है किसी दे कोल बैठिया कुछ नहीं होना। रुखां दे थले बह के बंदा शान ही खरीद सकता, उहदे थले बैठ के सोच समझ के रुख लाउणा पैना है, पानी देना पैना है, फिर किते शान नसीब हुंदी है। यही तो गुरु साहब समझाते हैं सारे जीवन में, कहते बंदे तेन नाम आप जपना पैना, बाणी आप पढ़नी पैनी। असी लभदे हैं शॉर्टकट भी कोई करया कराया पाठ दे दे, अजक मिल जाते हैं, कोरियर आ जाता घर भी फलाना हुक्मनामा आया सी, फलाना पाठ होया जी, तुहाडा भोग पै गया, फल तुहानू मिल गया। जे इदां कितें फल मिलदे होंदे ना, लोगों ने नरकों के चिट्ठिया भेजनिया सी भी साढ़े मुंडे बुक करा देणगे, बाबा अगे होर भेज दे, डौंकी लवा दे कि स्वर्ग की, ये कम चल पैना सी। नहीं, गुरमत नूं अज लोगों ने धंधा बना लिया। थां थां ते जाके ते वेखो की कुछ चल रहा है, किहड़े हालात बने हुए आ। बाणी सुनन वास्ते है, बाणी पढ़न वास्ते है, बाणी पढ़ाउण वास्ते है, नाम जपिया जांदा, पर जपदा कौन है? मुश्किल तो यही बनी हुई है साढ़े सारिआं लई। असी नाम जपना नहीं चाहते, सोचते हैं कोई नाम जपण वाला मिल जाए, उहदे पिछे पता किहड़ी पछकानी हरकत है, वो कोई जपण जपाउण वाला मिल के ना साढ़े सिर ते रख दे हत्थ ते, सानू ना पाठ करना पवे, सानू ना गुरु गुरु करना ना पवे, बस गुरु दे नेड़े कर दे काम सार हो जाण साढ़े। नहीं भाई, गुरु साहब स्पष्ट कहिंदे आ, कहिंदे यार वली तैनू खुदा दी बंदगी करनी पैणी है, इस बंदगी दे विच एकमिक होना पैणा है। जीव गुरु नाम को तेरा, तू मुरीद होत है मेरा। गुरु नानक साहब हस के पुछदे, कहिंदे मुरीद ते मेरा बन गया, ना ते अपना दसिए, तू क्यों नहीं ना दसिया? कहिंदा पातशाह तेरे दर्शन करके मैं तेरे विच ही खो गया, मैनू अपने आप की सुध ना रही आ, सतनाम मैं ते ना अपना तां दसदा ना, भी मैनू होमे होंदी। अज असी किसे नू मिलदे आ भज के हथ कढ के, कहिंदा माई सैल्फ रजिंदर सिंह, मतलब होमे खड़ी है ना, भी लोगों को पता लगे मैं कौन आ, मेरा पता होना चाहिए फंक्शन में भी मैं आया होया। जिहड़े रब नाल जुड़े हुए आ ना, वो कदे अपने नाँ का जिक्र ही नहीं करते, कदे चुप रहो ना तू की लैना है, आनंद लै रहे हैं ना, आनंद आ रहा ना, भी तू वड्डा की है ना, तो इत्थे किसी का भी नहीं रहा। वड्डे वड्डे जिन्हां ने दुनिया लुट्टी या दुनिया ते दान कीते, नाम रहा किसी का? असीं कहड़ी दौड़ च भज्जे फिरदे आ, मेरा नाम हो जाए लोग मैनू जानण, तो जानने वाले एक दिन दुनिया तो तुर जाएंगे, फिर जी नवी जनरेशन उन्होंने जनाऊँगा फिरेगा भी मैं कौन, वो कहते चल बुढ़ा हो गया तो इतों भी लैंदा की करेगा फिर, इतने कोई किसी को नहीं जानता। जे जानना तो उस प्यारे को जाना,
उस रब नूं जाण। कहिंदा पातशाह जदों दा मैं तुहानूं जाण लिया मैनूं अपने आप दा ना ही नहीं पता। हालत पता कहिड़ी होगी, कोई नाम ना जाने मेरा, मैनूं इह लगदा मेरा नाम नहीं कोई जाणदा, मैनूं कोई जाणदा ही नहीं। सच्चे पातशाह मुरीद तुहाडा बन गया हाँ, हुण मेरा नाम नहीं रहा। पर जे तुसीं इस शरीर दा नाम पुछदे हो, इहदा नाम रखिया सी परिवार ने यार वली। गुरु साहब कहते वाह वही यार वली, तू खुदा दा यार होया है। यार वली जानो मम नाम बनो मुरीद मुत को कामू। कहते मेरा ही कोई मकसद है, मैं तुहाडा मुरीद बन सेवक बन जा। महाराज कहते तेरे चेले बहुत ने, तेरे अपने मुरीद बड़े आ, तू तो आप पीर है लोगों का। कहता नहीं पातशाह पीर सी पर है नहीं सी कदे, क्योंकि जदों मैं तेरा हो गया ना हुण मेरा कुछ नहीं है। हौमे बिट गई ना रौला ही, तो हौमे का सारा हौमे दे पवाड़े आ। साडे घरां च कलेश है, लड़ाई है, झगड़ा है, महल्ले च नहीं बनती, किसी की किसी की समाज च नहीं बनती। कादे करके है धार्मिक थावां ते लड़ाइयां कादियां ने हौमे दियां। मैनू नहीं को पुछता, मैथों पुछे बिना किवें हो गया हौमे है ना। ते जदन गुरु का सिख अंदरों जुड़ गया वो यही नहीं पता मैं कौन हूँ। कहता नहीं जो हो रहा भला हो रहा, सतगुरु करा रहे तो हो रहा, वो रजा च हों। कहता मर्द जो तुम इस अपना बना लिया शरीर में तो हिरदे को आ जड़े सेवक से जो मेरे से पहला वो सारे तेरे ने। दीन दयाल सतगुरां ने उहदी शरदा ते भावना नूं अंदरों पछाणिया, कोल बिठा के फिर गुरु पातशाह उपदेश बख्शदे। इह उपदेश नहीं सी पहला, इह वचन सी उहदा, बख्शिश सी उहदी। ते हुण उहने उपदेश मंगे आ, सिखी धारण कर ली गुरु नानक साहिब दी पीर यार वली ने। मर्ज कहिंदे मंग, कहिंदा मस्तानगी दे दिओ, दीवानगी दे दिओ। इह कदे मंगिया आपां गुरु कोल, कदे अज तक किसी सिख ने झोली अड के आख्या होवे सच्चे पातशाह दीवानगी बख्श दिओ मस्तानगी बख्श दिओ। साडियां मंगां दुनियावी ने, साडियां मंगां पदार्थां नाल जुड़ियां होईयां ने। पदार्थां च जम्मे आ, पदार्थां च गल मर जाणा है। गुरु दे नेड़े बह के भी गुरु वाले नहीं बन सके, क्योंकि असी ते बस जो फिजिकल दिसदा है उहदे नाल जुड़े आ, भौतिक संसार नाल जुड़े। देव दुनिया के मालक सतगुरु नूं आखण लगे सच्चे पातशाह अंदर दी समझ, अंदर दी सोधि दे दिओ, ऐसा दीवाना बना दिओ कुछ भी अखां सामने होवे मैनूं परवाह ना होवे। दीवाना किहदा बनना है? खुदा दा। तौ दीवाना जानी है जो साहिब धरे प्यार। दीवाना यो बनता जिहदे अंदर साहिब का प्यार होवे, रब नाल प्रीत होवे। जिथे ईरखां ने जन्म लै लिया उत्थे प्यार थोड़ी है, ईरखा च प्रेम थोड़ा होंदा। ईरखा ते कहिंदी मैं महान हाँ, मैं वड्डा सी वड्डा ही रहना, मेरी सियाणप वड्डी है। ते प्रेम कहिंदा सब कुछ तू आ, मेरे कोल है कुछ नहीं। प्यार ते सिखा रहा भी मैं नहीं। गुरु नानक साहिब महाराज नूं कहिंदा पातशाह दीवाना बना दिओ जी, ऐसी मस्तानगी दी दात बख्श दिओ ए रंग नाल थे। एक निसा बस कह तह सदना, कलन त्यार पे पंकज बदना। कमल शरीखे नेत्रां वाले गुरु नानक साहिब मर्द कहिंदे सारी रात फकीर नाल चर्चा करदे, सारी रात यार वाली सुनदा रहा सुनदा रहा। कहिंदे ऐसा रंग चढ़िया नाम दा, ऐसी बख्शिश गुरु नानक साहिब दी हो गई। उहनूं समें दा ही नहीं पता लगदा कद दिन ते कद रात। सोचो कहते साडी जिंदगी च इन्ना मजा होवे, इन्ना आनंद होवे, इन्ना रस होवे, सानू पता ही ना लगे दिन रात दा वी कदों लंघ जांदा, किवें बीत जांदा, किन्ने खुश होवांगे ना। साडा ना दिन भी चढ़दा रोंदियां दा चढ़दा, दिन छिपदा तां भी रोंदियां दा, आ नहीं होया कल होजू, परसों होजू, चौथे होजू, पता नहीं कदों होजू। दुखदा जी है आ नहीं मिलिया, आ नहीं मिलिया, किवें मिलजू, कित्थों मिलजू, हर वेले परेशान। पर गुरु नानक साहिब महाराज दा उपदेश जदों सुनिया ना, अमृत वेला हो गया, गुरु पातशाह ने हलूणिया, चौंकड़ा लाई बैठा यार, खो गया अपने आप, गुरु के रूप में समा गया। सच्चे पातशाह कहते अज तो तू मेरा रूप है, तेरे मेरे विच फर्क नहीं। घर वाली बंदे सिर न्याई,
ਪਈ ਮਸਤ ਮਤ ਨਾਨਕ ਖੁਦਾਈ। ਇੱਥੋਂ ਸਤਿਗੁਰਾਂ ਨੇ ਨਾ ਆਗਿਆ ਮੰਗ ਲਈ। ਸਵੇਰ ਹੁੰਦੇ ਆ ਕਹਿੰਦੇ ਚੰਗਾ ਅਸੀਂ ਚੱਲੇ ਹਾਂ, ਚਰਨਾਂ ਦੇ ਸੀਸ ਰੱਖਿਆ। ਮਰਦ ਕਹਿੰਦੇ ਤੇਰਾ ਮੇਰਾ ਇੱਕ ਰੂਪ ਹੈ। ਕਹਿੰਦੇ ਐਸੀ ਮਸਤਾਨਗੀ ਐਸੀ ਦੀਵਾਨਗੀ ਚੜ੍ਹ ਗਈ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ, ਜੇ ਕੋਈ ਪੁੱਛਿਆ ਕਰੇ ਤੂੰ ਕੌਣ ਹੈ, ਕਹਿੰਦਾ ਮੈਂ ਨਾਨਕ ਦਾ ਖੋ ਸਤਨਾਮ। ਉਵੇਂ ਥੋੜ੍ਹੀ ਹੈ, ਖੋ ਗਿਆ ਰੂਪ ਹੋ ਗਿਆ। ਇਹ ਮੁਹੱਬਤ ਹੈ ਉਸ ਅੱਲਾਹ ਦੀ ਜਿਹਦੇ ਬਾਰੇ ਸਤਿਗੁਰੂ ਲਿਖਦੇ ਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ। ਜੋ ਖੁਦਾ ਦੇ ਇਸ਼ਕ ਵਿੱਚ ਰੱਤੇ ਰੰਗੇ ਗਏ ਨੇ ਨਾ, ਉਹਨਾਂ ਨੂੰ ਦੀਦਾਰਾਂ ਦਾ ਹੀ ਰੰਗ ਚੜ੍ਹ ਗਿਆ। ਮਸਤਾਨੇ ਹੋ ਜਾਂਦੇ ਆ, ਦੀਵਾਨੇ ਹੋ ਜਾਂਦੇ ਆ, ਉਹ ਦੁਨੀਆਂ ਤੋਂ ਬੇਪਰਵਾਹ ਹੋ ਜਾਂਦੇ। ਬੇਪਰਵਾਹੀ ਦਾ ਆਲਮ ਅੰਦਰ ਕੀ ਘਾਟਾ ਕੀ ਵਾਧਾ, ਕੀ ਆਪਣਾ ਕੀ ਬੇਗਾਨਾ, ਪਤਾ ਕੁਛ ਨਹੀਂ, ਤਿਆਗ ਦਿੰਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਾਣ ਤੋਂ ਬਾਅਦ ਨਾ ਯਾਰ ਵਾਲੀ ਪੀਰ ਦੇ ਫਕੀਰ ਜਿਹੜੇ ਚੇਲੇ ਆ ਉਹ ਹੈਰਾਨ ਨੇ, ਵੀ ਇਹਦੀ ਏਡੀ ਵੱਡੀ ਕਿਰਪਾ ਹੋ ਗਈ, ਇਹਨੂੰ ਕੋਈ ਪੁੱਛਦਾ ਤੂੰ ਕੌਣ ਆ, ਕਹਿੰਦਾ ਮੈਂ ਨਾਨਕ। ਫਰਕ ਨਹੀਂ ਨਾ ਹੋਈ, ਹਉਮੈ ਥੋੜ੍ਹੀ ਹੈ ਵੀ ਆਪਣੇ ਆਪ ਨੂੰ ਗੁਰੂ ਨਾਨਕ ਕਹਾਉਂਦਾ, ਨਹੀਂ ਹੋ ਗਿਆ। ਇਹ ਸਜਣ ਦੀ ਪ੍ਰੀਤ ਹੈ। ਦੁਨਿਆਵੀ ਤੌਰ 'ਤੇ ਵੀ ਐਸੇ ਬੜੇ ਤੁਹਾਨੂੰ ਲੋਕ ਮਿਲ ਜਾਣਗੇ। ਭਾਈ ਗੁਰਦਾਸ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ, ਲੈਲਾ ਅਤੇ ਮਜਨੂੰ ਦਾ, ਭਾਵੇਂ ਆਸ਼ਕਾਂ ਦੀ ਕੈਟਾਗਰੀ ਹੈ ਪਰ ਉਹਨਾਂ ਲਿਖਿਆ ਹੈ ਲੈਲਾ ਮਜਨੂੰ ਆਸ਼ਕੀ ਚਹੁ ਚੱਕੀ ਜਾਂਦੀ। ਕਹਿੰਦੇ ਚਹੁ ਚੱਕਾਂ ਵਿੱਚ ਜਾਣਿਆ ਜਾਂਦਾ ਉਹਨਾਂ ਦੀ ਆਸ਼ਕੀ ਬਾਰੇ, ਕਿਉਂਕਿ ਲੈਲਾ ਤਾਂ ਆਪਣਾ ਨਾਂ ਹੀ ਭੁੱਲ ਗਈ। ਉਹਨੇ ਆਪਣੇ ਸਰੀਰ ਦੇ ਉੱਤੇ ਥਾਂ ਥਾਂ 'ਤੇ ਆਪਣੇ ਸੱਜਣ ਦਾ ਨਾਂ ਲਿਖਿਆ। ਉਹ ਇੱਕ ਦੁਨਿਆਵੀ ਪ੍ਰਮਾਣ ਦੇ ਕੇ ਆਖਿਆ, ਕਹਿੰਦੇ ਬੰਦਿਆ ਇੱਕ ਔਰਤ ਇੱਕ ਸੱਜਣ ਦਾ ਨਾਂ ਲੈ ਕੇ ਆਪਣਾ ਨਾਂ ਭੁੱਲ ਸਕਦੀ ਹੈ? ਜੇ ਤੂੰ ਖੁਦਾ ਦੇ ਨਾਂ ਨਾਲ ਜੁੜ ਜੇ ਤਾਂ ਉਹ ਕਿਵੇਂ ਹੋ ਸਕਦਾ ਵੀ ਤੇਰੀ ਮੈਂ ਅਜੇ ਵੀ ਜਿਉਂਦੀ ਹੋਵੇ? ਆਖੋ ਸਤਨਾਮ। ਜੁੜਿਆ ਤੂੰ ਰੱਬ ਨਾਲ ਹੈ, ਮੰਨਦਾ ਤੂੰ ਰੱਬ ਨੂੰ ਹੈ, ਅਤੇ ਰੱਬ ਕੋਲ ਬੈਠਾ ਵੀ ਮੈਂ ਕਰੀ, ਫਿਰ ਇਹਦਾ ਮਤਲਬ ਤੇਰੀ ਪ੍ਰੀਤ ਝੂਠੀ ਹੈ, ਤੇਰੀ ਆਸ਼ਕੀ ਝੂਠੀ ਹੈ। ਫਿਰ ਸਤਿਗੁਰਾਂ ਉਹਦੇ ਪਰਥਾਏ ਲਿਖਤਾ, ਇਹ ਕਲੇਰੀ ਆਸ਼ਕੀ ਦੂਜਾ ਲਗੈ ਜਾਏ। ਇੱਕ ਸੱਜਣ ਦੇ ਹੁੰਦੇ ਆ ਜੇ ਦੂਜੇ ਦਾ ਖਿਆਲ ਵੀ ਆ ਗਿਆ, ਮਰਜ਼ ਕਹਿੰਦੇ ਦੁਬਦਾ ਦੀ ਆਸ਼ਕੀ ਤੇਰੀ, ਰੱਬ ਦੀ ਥੋੜ੍ਹਾ ਹੈ। ਤੂੰ ਖੁਦਾ ਨੂੰ ਮੰਨਦਾ, ਰੱਬ ਨੂੰ ਮੰਨਦਾ, ਰੱਬ ਹੁੰਦੇ ਆ ਤੇਰੇ ਮਨ 'ਚ ਖਿਆਲ ਆਵੇ ਵੀ ਫਲਾਣਾ ਫਲਾਣੇ ਗੁਰੂ ਕੋਲ ਜਾਂਦਾ, ਜੇ ਮੈਂ ਜਾਇਆ ਵਾਂ ਮੇਰਾ ਵੀ ਕੰਮ ਬਣ ਜੂ, ਫਿਰ ਇਹ ਆਸ਼ਕੀ ਥੋੜ੍ਹਾ ਹੈ, ਪ੍ਰੀਤ ਥੋੜ੍ਹਾ ਹੈ। ਫਿਰ ਤੇ ਦਰ ਦਰ ਦੀਆਂ ਆਸਾਂ ਨੇ, ਕਿਉਂਕਿ ਗੁਰੂ ਪਿਆਰਾ ਅਕਾਲ ਪੁਰਖ ਪਰਖਦਾ ਹੈ, ਉਹ ਆਪਣੇ ਸੱਜਣ 'ਤੇ ਬਿਪਤਾ ਪਾਉਂਦਾ, ਸਭ ਤੋਂ ਪਹਿਲਾਂ ਭੀੜ ਬਣਾਉਂਦਾ ਹੈ ਵੀ ਇਹਦਾ ਵਿਸ਼ਵਾਸ ਕਿੰਨਾ ਕੁ ਹੈ, ਇਹਦਾ ਭਰੋਸਾ ਕਿੰਨਾ ਕੁ ਹੈ। ਜਦੋਂ ਤੁਸੀਂ ਰੱਬ ਨਾਲ ਜੁੜ ਜਾਓਗੇ ਨਾ, ਤੁਹਾਡਾ ਪਰਿਵਾਰ ਤੁਹਾਡੇ ਵਿਰੁੱਧ ਚੱਲ ਪੂ, ਤੁਹਾਡਾ ਰਿਸ਼ਤੇਦਾਰ ਵਿਰੋਧ 'ਚ ਪੈ ਜਾਣਗੇ, ਪਿੱਠ ਪਿੱਛੋਂ ਮਿੱਤਰ ਦੋਸਤ ਚੰਗਾ ਨਹੀਂ ਸਮਝਣਗੇ, ਵਿਰੋਧ ਕਰਦੇ ਸਾਰੇ। ਬੰਦਾ ਸੋਚਦਾ ਹੈ ਵੀ ਯਾਰ ਮੈਂ ਤੇ ਗੁਰੂ ਨਾਲ ਜੁੜ ਕੇ ਪੰਗਾ ਹੀ ਲੈ ਲਿਆ, ਮੈਂ ਧਰਮ ਨਾਲ ਕਾਹਦਾ ਜੁੜਿਆ, ਮੇਰੇ ਨਾਲ ਤੇ ਜ਼ਮਾਨੇ ਹੀ ਟੁੱਟ ਗਿਆ। ਰੱਬ ਨੇ ਖੇਡ ਵਰਤਾਈ ਤੈਨੂੰ, ਤੇਰਿਆਂ ਤੋਂ ਤੋੜਿਆ, ਚੰਗੇ ਮਾੜੇ ਸਾਰੇ ਭੱਜ ਗਏ। ਇੱਕ ਸਮਾਂ ਐਸਾ ਆਇਆ ਜਦੋਂ ਤੈਨੂੰ ਨਿਖਾਰ ਲਿਆ, ਗੁਰੂ ਨੇ ਆਪਣਾ ਬਣਾ ਲਿਆ। ਕਹਿੰਦੇ ਹੁਣ ਹਰ ਕੋਈ ਕਹਿੰਦਾ ਹੈ ਤੈਨੂੰ ਸੱਜਦਾ, ਤੈਨੂੰ ਮੱਥਾ ਟੇਕੀਏ, ਆਸ ਨਹੀਂ ਸੀ ਤੂੰ ਸੱਜਣਾ ਇਹ ਕੁਝ ਕਰ ਜਾਏਗਾ, ਸਤਨਾਮ ਜੁੜ ਜਾਏਗਾ ਰੱਬ ਨਾਲ। ਫਿਰ ਉਹੀ ਵਿਰੋਧ ਕਰਨ ਵਾਲੇ ਪੱਖ 'ਚ ਭੋਗਦੇ ਆ, ਪਰ ਉਸ ਵੇਲੇ ਰੱਬ ਦਾ ਪਿਆਰਾ ਇੰਨਾ ਕੁ ਅੱਗੇ ਲੰਘ ਜਾਂਦਾ ਹੈ, ਉਹ ਚੇਤੇ ਰੱਖਦਾ ਵੀ ਉਹੀ ਲੋਕ ਨੇ ਮਨਮੁੱਖ ਜਿਹੜੇ ਕੱਲ੍ਹ ਤੱਕ ਲੱਤਾਂ ਖਿੱਚਦੇ ਸੀ ਅੱਜ ਸਿਫਤਾਂ ਕਰਦੇ, ਕਿਉਂ ਇਹਨਾਂ ਦਾ ਦਾ ਨਹੀਂ ਚੱਲਿਆ, ਜ਼ੋਰ ਨਹੀਂ ਚੱਲਿਆ, ਮੈਂ ਇਹਨਾਂ ਦੇ ਵਿੱਚ ਉਲਝ ਕੇ ਨਹੀਂ ਰਹਿਣਾ, ਮੇਰੀ ਮੰਜ਼ਿਲ ਅਗਲੀ ਰੱਬ ਵੱਲ ਦੀ ਹੈ, ਮੈਂ ਉੱਧਰ ਚੱਲਣਾ। ਜਿਸ ਰਾਹ 'ਤੇ ਮੈਂ ਚੱਲਿਆ ਸੀ ਨਾ ਇਕੱਲਾ ਰਹਿ ਗਿਆ, ਸਮਝ ਉਹ ਰਾਹ ਚੰਗਾ ਸੀ, ਸਹੀ ਪਾਸੇ ਜਾ ਰਹੇ ਸੀ, ਸਹੀ ਦਿਸ਼ਾ ਨੂੰ ਜਾ ਰਹੇ ਸੀ। ਜੇ ਅਸੀਂ ਦੁਨਿਆਵੀ ਤੌਰ 'ਤੇ ਤੁਰੇ ਜਾਂਦੇ ਹਾਂ, ਜਿੱਧਰ ਅਸੀਂ ਉੱਧਰ ਲੋਕ ਤੁਰੇ ਫਿਰਦੇ, ਸਮਝੋ ਅਜੇ ਸਾਡਾ ਰਸਤਾ ਠੀਕ ਹੋਏ, ਭੇਡ ਚਾਲ 'ਚ ਤੁਰੇ ਫਿਰਦੇ ਹਾਂ। ਅਤੇ ਕਹਿੰਦੇ ਯਾਰ ਵਲੀ ਨੂੰ ਆ ਕੇ ਬੜਿਆ ਨੇ ਆਖਿਆ, ਕਹਿੰਦੇ ਤੂੰ ਅੱਲਾ ਨੂੰ ਛੱਡ ਕੇ ਨਾਨਕ ਨਾਨਕ ਕਰੀ ਜਾਂਦਾ ਕਿਹੜੇ ਪਾਸੇ? ਉਹ ਕਹਿੰਦਾ ਤੁਹਾਨੂੰ ਕੀ ਪਤਾ ਨਾਨਕੀ ਤੇ ਖੁਦਾਇਆ ਖੁਦ ਸਤਨਾਮ। ਕਈਆਂ ਨੂੰ ਸਮਝ ਨਹੀਂ ਆਉਂਦੀ ਉਹਦੀ ਗੱਲ ਦੀ, ਉਹ ਕਹਿੰਦੇ ਪਾਗਲ ਹੋ ਗਿਆ ਇਹ ਮਸਤਾਨਾ, ਝੱਲਾ ਹੋ ਗਿਆ ਇਹ, ਝੱਲ ਘੋਟਦਾ ਏ। ਦੇਖੋ ਧੀਰਜ ਦੀ ਕੁਨ ਗਈ, ਖੱਤਰੀ ਕੋ ਦੇਖਤ ਪਏ। ਹੁਣ ਕੰਧਾਰ ਦੀ ਧਰਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਚੱਲਦੇ ਚੱਲਦੇ ਕਾਫੀ ਦੂਰ ਚਲੇ ਗਏ। ਇੱਧਰੋਂ ਯਾਰ ਵਾਲੀ ਮਸਤਾਨਾ ਸਾਰਾ ਦਿਨ ਗਾਉਂਦਾ ਖਰੀਦ ਆਇਆ ਕਰੇ, ਉਹ ਜਿਹੜਾ ਇੱਕ ਪੀਰ ਸੀ ਜਿਹਨੂੰ ਲੋਕ ਮੱਥੇ ਟੇਕਦੇ ਫਿਰਦੇ ਸੀ, ਲਾਈਨਾਂ ਕਤਾਰਾਂ ਲੱਗਦੀਆਂ ਸੀ ਜਿਹਦੇ ਦਰ 'ਤੇ ਦਹਿਲੀਜ਼ 'ਤੇ, ਹੁਣ ਉਹ ਆਪਣੇ ਚੇਲਿਆਂ ਨੂੰ ਮੱਥਾ ਟੇਕਦਾ ਫਰੀ ਚੰਦ। ਬਦਲਾਅ ਆ ਗਿਆ ਨਾ ਜੀਵਨ, ਇੱਕ ਸਮਾਂ ਸੀ ਇਹਨੂੰ ਮਿਲਣ ਵਾਸਤੇ ਲੋਕ ਆਉਂਦੇ ਸੀ, ਹੁਣ ਇਹ ਲੋਕਾਂ ਨੂੰ ਆਪ ਮਿਲਦਾ ਫਿਰਦਾ, ਇਹੀ ਤਾਂ ਬਦਲਾਅ ਸੀ।
एक रब दे गीत गाँवदा रहिंदा खुदा खुदा करदा रहिंदा कहिंदे जिहड़ा बचन जिहनूं कह दिया करे बिड़ा पार टुटे नूं क्या करे तैनूं रब मिल जू रब मिल जांदा हैरान हो गए सारे कहिंदे इहनूं मिलिया कौण है जिहनूं अपने जिहा बणा लिया इह प्रीत दे गुण ने प्रेम दे गुण ने दुनियावी तौर ते ना साडा बच्चा जिहदा फैन होएगा मान लो चाहे उहदा आइडल कोई भी होवे उहदे गुण उहे जी होणगे जिहदा आइडल गुरु आ ना उहदे विच गुण गुरु वाले होणगे जिहदा आइडल कोई गुरसिख है उहदे जीवन विच सिखी वाले गुण होणगे जे साडे बच्चियां दे आइडल ही उह होणगे जिहड़े सिरां तों गंजे नशा प्रमोट करन कड्डण गालां ते फिर बच्चे भी ते उहो जी होणगे प्रभाव ते पैंदा ही है ना हुण गुरु नानक साहिब महाराज नूं जिहने अपना आइडल बना लिया उह गुरु नानक वर्गा ही हो गया गुण उह आ गए कहिंदे सारिआं चों प्यार दी गल करिआ करे कोई ते नेड़े हो के सुणदा कोई कहिंदे विचारा कमला हो गया दिमागी संतुलन गवा लिया इह पागल है पर यार बोली सुण के हस पैंदा उहनूं फर्क ही नहीं पैंदा उहनूं पता है मेरे ते सज्जन दा रंग चढ़ गया मेरा सज्जन बेपरवाह है बेपनाह मुहब्बत करदा है मैं दुनिया तों की लैणा कोई चंगा कहे कोई माड़ा कहे कहण लग गए लोकी कहिंदे माड़ा कहण वालिआं दी गिणती ज़्यादे है ते चंगा कहण वाले मुरीद ने थोड़े ने पर फर्क नहीं पैंदा क्योंकि रब का प्यार है ना दुनिया नूं हिसाब किताब देण नहीं आ रहा भी मैं की हाँ ते की करना ते तुसी की कराओगे नहीं कोई फर्क नहीं हुण यार वली दे उत्ते रंग चढ़िया गुरु साहब इत्थों गए कहिंदे एक खत्री मंदर रब नूं आ हिंदू धर्म नाल जुड़िया उहदे वल गुरु साहब नाल खड़ के वेखण लग गए हसण लग गए भाई बाला जी कहिंदे असीं जी यार वली कोलों निकले सी उह ते रंग चढ़ गया मर्ज दा उह ते झल्ला हो गया दुनिया दे विच मस्ताना दीवाना कहिंदे जदों गुरु नानक साहिब महाराज आके खड़ गए ना कहिंदे खत्री ने मर्ज नूं वेख्या वेख के फिर पिट्ठ मोड़ दी उहनूं कहा मैं की लैणा दुनिया तुरी फिरदी साध नहीं मंगण वाले उहदे मन च आया गुरु पातशाह ने जाण लिया सतगुरु उसे थां ते रुक गए जमी बर्फ गो तिसने पूरी लाग्यो मजन करने पूरी हुण ठंड दा समां सी पै रही सी बर्फ कहिंदे गुरु साहिब नूं वेख के ना उहने बर्फ तोड़ी एक बर्तन च पाई उह बर्फ दा हल्का हल्का पानी इकट्ठा करिआ करे बैठ के नहाउण लग गया सामने ठंड पैंदी बर्फ दे पानी नाल नहावे इह की है लोग बड़ा विखाउंदे आ जी लोकी कहण वी इह बंदे ते रब दी बहुत कृपा इह दिखावा हुंदा है धुप चढ़ी होगी लोग धूणियां ता के बह जाऊंगे कोई ठंडे पानी च वड़ जू सरोवर च ਮਖਿਆ ਪੰਗੇ ਨਾ ਲਿਆ ਕਰ ਜੇ ਬਿਮਾਰ ਹੋ ਗਿਆ ਨਾ ਕਿਸੇ ਨੇ ਨਹੀਂ ਪੁੱਛਣਾ ਕਹਿੰਦੇ ਗੰਗਾ ਨਹਾਉਣ ਚੱਲਿਆ ਫਲਾਣੀ ਥਾਂ ਚੱਲਿਆ ਸਰੀਰ ਨੂੰ ਸਵੱਸਥ ਰੱਖਿਆ ਕਰ ਪਖੰਡਾਂ 'ਚ ਨਾ ਵੜਿਆ ਕਰ ਇਹਨਾਂ ਪਖੰਡਾਂ ਦਾ ਤਾਂ ਸਤਿਗੁਰਾਂ ਨੇ ਖੰਡਨ ਕੀਤਾ ਰੱਦ ਕੀਤਾ ਸਾਰਿਆਂ ਨੂੰ ਕਹਿੰਦੇ ਜੀ ਉਹ ਬਰਫ਼ ਦੇ ਵਿੱਚ ਬੈਠ ਕੇ ਨਾ ਚੁੱਭੀਆਂ ਲਾਵੇ ਗੁਰੂ ਸਾਹਿਬ ਹੱਸੀ ਜਾਣ ਵਿਖਾਉਂਦਾ ਪਤਾ ਕੀ ਸੀ ਵੀ ਮੈਂ ਰੱਬ ਨਾਲ ਇੰਨਾ ਕੁ ਜੁੜ ਗਿਆ ਮੈਨੂੰ ਫਰਕ ਨਹੀਂ ਪੈਂਦਾ ਠੰਡ ਦਾ ਇੱਥੇ ਵੀ ਸਾਡੇ ਬਹੁਤ ਕੁਝ ਚੱਲਦਾ ਪੰਜਾਬ 'ਚ ਕੋਈ ਮੇਰੇ ਵਰਗਾ ਕੋਟੀ ਨਾ ਨਾ ਪਾਵੇ ਠੰਡ 'ਚ ਬੀਬੀਆਂ ਪਤਾ ਕੀ ਕਹਿੰਦੇ ਉਹ ਬਾਬਾ ਜੀ ਦੀ ਬਹੁਤ ਭਗਤੀ ਹੈ ਇਹਨਾਂ ਨੂੰ ਕਿੱਥੇ ਠੰਡ ਲੱਗਦੀ ਮੈਂ ਕਿਹਾ ਹੀਟਰ ਲੱਗਿਆ ਬਾਬੇ ਦੇ ਆਖੋ ਸਤਨਾਮ ਤੁਹਾਡੇ ਵਰਗੇ ਤਾਂ ਮਰਵਾਉਂਦੇ ਪੰਪ ਮਾਰ ਕੇ ਵੀ ਇਹਨੂੰ ਠੰਡ ਕਿੱਥੇ ਲੱਗਦੀ ਹੈ ਗਰਮੀ ਹੋਵੇ ਉਹ ਇਹਨੂੰ ਕਿੱਥੇ ਗਰਮੀ ਲੱਗਦੀ ਹੈ ਜੀ ਇਹ ਸਾਰਿਆਂ ਦਾ ਹੀ ਹਾਲ ਹੈ ਕੋਈ ਯੋਗੀ ਤੁਰਿਆ ਫਿਰ ਉੱਥੇ ਗੱਲਾਂ ਕਰਨਗੇ ਖੜ ਕੇ ਕਹਿੰਦੇ ਦੇਖ ਲਾ ਬਾਬਾ ਜੀ ਨੰਗੇ ਪੈਰ ਤੁਰੇ ਫਿਰਦੇ ਨੇ ਤਾਂ ਰੱਬ ਆਪ ਹੀ ਰੱਖਦਾ ਮੈਂ ਮੁੜ ਕੇ ਡਾਕਟਰ ਅਪੁਆਇੰਟਮੈਂਟ ਨਹੀਂ ਦਿੰਦਾ ਇਹੋ ਜਿਹੇ ਨੂੰ ਕਹਿੰਦਾ ਬਾਬੇ ਤੈਨੂੰ ਵੀ ਕਰੋਨਾ ਹੋਇਆ ਸਾਨੂੰ ਵੀ ਹੋ ਜੂ ਬਚੋ ਬਚਾਓ ਪਿਆਰਿਓ ਖੰਡ ਨਹੀਂ ਕਰਨਾ ਸਰੀਰ ਦੀਆਂ ਲੋੜਾਂ ਜਿਹੜੀਆਂ ਨੇ ਉਹ ਤਾਂ ਪੂਰੀਆਂ ਹੋਣੀਆਂ ਹੀ ਹੋਣੀਆਂ ਨੇ ਸਭ ਨੇ ਕੀਤੀਆਂ ਅਤੇ ਜਿੱਦਣ ਅੰਦਰੋਂ ਬੰਦਗੀ ਨਾਲ ਜੁੜ ਗਏ ਨਾ ਫਿਰ ਲੋਕ ਦਿਖਾਵਾ ਨਹੀਂ ਹੋਣਾ ਇਹ ਸੀ ਲੋਕ ਦਿਖਾਵਾ ਜਿਵੇਂ ਉਹ ਬਰਫ਼ ਦੇ ਪਾਣੀ ਨਾਲ ਨਹਾਉਂਦਾ ਵਿਖਾਉਂਦਾ ਵੀ ਨਾ ਫਕੀਰਾਂ ਨੂੰ ਪਤਾ ਲੱਗੇ ਮੈਂ ਬਹੁਤ ਜੁੜਿਆ ਹੋਇਆ ਇਹ ਨਹੀਂ ਕਰਨਾ ਸਹਿਜ ਸੁਭਾਅ ਤੁਸੀਂ ਕਰ ਰਹੇ ਹੋ ਆਪਣੇ ਲਈ ਕਰਦੇ ਹੋ ਰੱਬ ਲਈ ਪਿਆਰੇ ਲਈ ਕਰਦੇ ਹੋ ਉਹ ਵੱਖ ਹੈ ਪਰ ਵਿਖਾਉਣ ਨਾਲ ਥੋੜ੍ਹਾ ਕੁਝ ਹੁੰਦਾ ਇੱਥੇ ਬੜੇ ਮਿਲਣਗੇ ਤੁਹਾਨੂੰ ਦਿਖਾਵਾ ਕਰਨ ਵਾਲੇ ਘਰੇ ਮਾਂ ਬਾਪ ਨਾਲ ਡਾਂਗੋ ਡਾਂਗੀ ਹੁੰਦੇ ਆ ਗੱਡੀ ਮੋਟਰਸਾਈਕਲ 'ਤੇ ਲਿਖਾਇਆ ਹੋ ਆਈ ਲਵ ਬਾਪੂ ਬੇਬੇ ਹੱਥਾਂ 'ਤੇ ਬੇਬੇ ਦੀ ਬਾਪੂ ਦੀ ਫੋਟੋ ਲਿਖਾਈ ਵੀ ਘਰੇ ਆਏ ਅਤੇ ਗਲਾਸ ਮਾਰ ਦਿਓ ਪਾਣੀ ਵਾਲਾ ਚਲਾ ਕੇ ਵੀ ਠੰਡਾ ਹੈ ਨਹੀਂ ਦਿਖਾਵੇ ਨਾਲ ਕੀ ਪੈਂਦਾ ਪ੍ਰੇਮ ਕਰੋ ਲੋਕਾਂ ਨੂੰ ਦਿਖਾ ਕੇ ਥੋੜ੍ਹੀ ਕਰਨਾ ਵੀ ਮੈਂ ਮਾਂ ਬਾਪ ਦੀ ਇੱਜ਼ਤ ਕਰਦਾ ਮੇਰੇ ਮਾਂ ਬਾਪ ਦੁਨੀਆਂ ਦੇ ਬੈਸਟ ਮਾਂ ਬਾਪ ਇਹ ਦਿਖਾਵੇ ਦੀ ਲੋੜ ਥੋੜ੍ਹਾ ਹੈ ਲੋਕ ਕਹਿਣ ਵੀ ਉਹ ਬੱਚਾ ਇੰਨਾ ਆਗਿਆਕਾਰ ਹੈ ਮਾਂ ਬਾਪ ਦੇ ਪੈਰੀ ਹੱਥ ਲਾ ਕੇ ਮਿਲਦਾ ਹੈ ਲੋਕ ਸਿਫਤ ਕਰਨ ਅਸੀਂ ਆਪ ਹੀ ਕਰੀ ਜਾਂਦੇ ਹਾਂ ਆਪਣੇ ਮੈਂ ਬਹੁਤ ਵੱਡਾ ਗੁਰਸਿੱਖ ਹਾਂ ਜੀ ਮੇਰਾ ਪਾਠ ਬੜਾ ਜੀ ਸਾਡਾ ਤਾਂ ਪਰਿਵਾਰ ਸਿੱਖੀ ਨਾਲ ਜੁੜਿਆ ਤੁਰ ਵੀ ਫੁਕਰੀ ਨਹੀਂ ਹੋਰ ਕੀ ਹੈ
पर यार वाली जुड़िया बेपरवाह सी कहते थोड़ी दूरी ते गए आ एक ठंड च नहा रहा है पर ठंडा सतगुरु वेखी सा भाई पाला कहिंदा पातशाह इहनू की होया सतगुरु कहिंदे मानसिक रोगी है ਇਹ ਹਉਮੈ ਚ ਬਿਮਾਰ ਹੋਇਆ ਏ ਕਰਨ ਕੇ ਤਾਰਤ ਤਾਹੀ ਸਮੀਪਾ ਬੂਜਤ ਪੈ ਬੇਦੀ ਕੁਲ ਦੀਪਾ ਬੇਦੀ ਕੁਲ ਦੇ ਮਾਲਕ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਆ ਕੇ ਕਹਿੰਦੇ ਬਾਲਿਆ ਇਹਦਾ ਹਾਲ ਪੁੱਛ ਲਈਏ ਕਿਤੇ ਚੱਲ ਵਸੇ ਨਾ ਅੰਤਾਂ ਦੀ ਠੰਡ ਪੈਂਦੀ ਹੈ ਬਰਫ਼ ਦੇ ਪਾਣੀ ਜਨਾਉਣ ਲੱਗਾ ਹੁਣ ਲੋਕਾਂ ਕੀ ਕਹਿਣਾ ਸੀ ਲੋਕਾਂ ਕਹਿਣਾ ਸੀ ਬਾਬਾ ਜੀ ਦੀ ਬਹੁਤ ਵੱਡੀ ਭਗਤੀ ਆ ਆਹੀ ਡਰਾਮੇ ਤੇ ਕਰਦੇ ਸੀ ਸਿੱਧ ਸਿੱਧਾਂ ਨੇ ਕੀ ਕਰਨਾ ਠੰਡ ਵਿੱਚ ਸੁਮੇਰ ਪਰਬਤ 'ਤੇ ਚਲੇ ਜਾਣਾ ਆ ਕੇ ਬਰਫ਼ਾਂ 'ਚ ਰਹਿ ਕੇ ਵਿਖਾਉਣਾ ਲੱਗੇ ਕੱਪੜਾ ਕੋਈ ਨਾ ਪਾਉਣਾ ਵੀ ਅਸੀਂ ਬਹੁਤ ਜੁੜੇ ਹੋਏ ਹਾਂ ਉਹ ਸਰੀਰ ਕਰਕੇ ਜੁੜਿਆ ਨਹੀਂ ਦਿਸਦਾ ਜੁੜਦਾ ਤੇ ਅਵਸਥਾ ਕਰਕੇ ਹੈ ਅਤੇ ਜਿੱਦਣ ਅਵਸਥਾ ਕਰਕੇ ਜੁੜ ਗਿਆ ਨਾ ਉਹ ਸਰੀਰ ਕੋਲ ਬੈਠਿਆਂ ਵੀ ਪੋਜ਼ੀਟਿਵ ਵਿਚਾਰ ਆਉਣਗੇ ਉਹਦੇ ਕੋਲ ਬੈਠਿਆਂ ਮਹਿਸੂਸ ਹੋ ਜਾਂਦਾ ਹੈ ਵੀ ਇਸ ਗੁਰਸਿੱਖ ਦੀ ਬੰਦਗੀ ਕਿੰਨੀ ਹੈ ਉਹਦੇ ਚਿਹਰੇ ਦਾ ਹਾਸਾ ਦੱਸਦਾ ਇਹ ਦੁੱਖਾਂ 'ਚ ਵੀ ਦੁਖੀ ਨਹੀਂ ਹੁੰਦਾ ਮੁਸਕਰਾਉਂਦਾ ਹੀ ਰਹਿੰਦਾ आनंद ची रहा है डोलता नहीं कदे क्योंकि बंदगी का रंग है असी बाहरों विखाने बेपरवाही बाहरों विखाने बेफिक्री अंदरों टेंशन दिखाते जो गुरु नानक साहब महाराज कोल आ गए देखो किड्डे दीन दयाल सच्चे पातशाह ने वो एक बंदा हंकार विखाउंदा महाराज आप चल गए ओदा भला करने आए ने ਜੇ ਹੁਣ ਤੂੰ ਕੁਦਰਤ ਦੇ ਵਿਰੁੱਧ ਚੱਲ ਕੇ ਆਖੇ ਵੀ ਮੇਰੇ ਤੇ ਰੱਬ ਦੀ ਬਹੁਤ ਕਿਰਪਾ ਤੇ ਮਾੜੀ ਗੱਲ ਬਾਹਰ ਪੈਂਦਾ ਕੋਰਾ ਕੱਪੜੇ ਲਾਹ ਕੇ ਬੰਦਾ ਬੈਠਾ ਕਹਿੰਦਾ ਰੱਬ ਮੇਰੇ ਨੇੜੇ ਹੈ ਉਹ ਰੱਬ ਨੇ ਜੇ ਕੋਰਾ ਪਾਇਆ ਠੰਡ ਬਣਾਈ ਉਹਨੇ ਤੈਨੂੰ ਇਹ ਵੀ ਅਕਲ ਦਿੱਤੀ ਮੱਤ ਦਿੱਤੀ ਵੀ ਠੰਡ 'ਚ ਬਚ ਕੇ ਵੀ ਲਿਆ ਜਿੰਨੀ ਕੁ ਤੈਨੂੰ ਜ਼ਰੂਰੀ ਆ ਉਹ ਤੇਰੇ ਨੱਕ ਨੇ ਲੈਣੇ ਲੈ ਲੈਣੀ ਕਿੰਨੀ ਕੁ ਠੰਡ ਚਾਹੀਦੀ ਹੈ ਅਤੇ ਕਿੰਨੀ ਕੁ ਗਰਮੀ ਚਾਹੀਦੀ ਉਹ ਤਾਂ ਤੇਰੇ ਸਰੀਰ ਨੇ ਅਡੋਪਟ ਕਰਨਾ ਹੈ ਹੁਣ ਗਰਮੀ ਵਿੱਚ ਜੇ ਕੋਈ ਆਖੇ ਜੇ ਮੈਨੂੰ ਤਾਂ ਗਰਮੀ ਨਹੀਂ ਲੱਗਦੀ ਮੇਰੇ ਤੇ ਮਹਾਰਾਜ ਦੀ ਬਹੁਤ ਕਿਰਪਾ ਹੀ ਦਿਖਾਵੇ ਨਹੀਂ ਇਹਨਾਂ 'ਚ ਕੁਛ ਨਹੀਂ ਰੱਖਿਆ ਇਹਨੂੰ ਪਖੰਡ ਕਹਿੰਦੇ ਆ ਗੁਰੂ ਸਾਹਿਬ ਨੇ ਕਦੇ ਕਿਹਾ ਸਿੱਖ ਨੂੰ ਵੀ ਸਿੱਖਾ ਤੂੰ ਨਹਾਇਆ ਨਾ ਕਰ ਤੂੰ ਕੱਪੜੇ ਧੋਇਆ ਨਾ ਕਰ ਮਹਾਰਾਜ ਕਹਿੰਦੇ ਸਵੱਛ ਰਹਿ ਤਿਆਰ ਵਰ ਤਿਆਰ ਰਹਿ ਹੁਣ ਜਿਹੜਾ ਤਿਆਰ ਵਰ ਤਿਆਰ ਰਹੂ ਉਹ ਪਖੰਡ ਥੋੜ੍ਹੀ ਕਰੂੰਗਾ ਪਖੰਡ ਕਰਨ ਵਾਲਾ ਕਦੇ ਸਾਵਧਾਨ ਨਹੀਂ ਹੁੰਦਾ ਉੱਥੇ ਲੋਕਾਂ ਨੂੰ ਦਿਖਾਉਣ 'ਤੇ ਲੱਗਾ ਰਹਿੰਦਾ ਲੋਕ ਵੇਖਣ ਮੈਂ ਕੀ ਕਰਦਾ ਗੁਰੂ ਸਾਹਿਬ ਕੋਲ ਆਏ ਮਰਦ ਕਹਿੰਦੇ ਕਿਉਂ ਕਰਦਾ ਹੈ ਸਾਰਾ ਕੀ ਲੋੜ ਪੈ ਗਈ ਇੰਨੀ ਠੰਡ ਪੈਂਦੀ ਆ ਭਾਈ ਟੇਕੇ ਬੈਠ ਕਰੇ ਬੰਦਗੀ ਤੇ ਪਰਮਾਤਮਾ ਨੇ ਤੇਰੀ ਅੰਦਰੋਂ ਵੇਖਣੀ ਹੈ ਸਰੀਰ ਤੇ ਤੇਰਾ ਸਮਾਜ ਨੇ ਵੇਖਣਾ ਹੈ ਗੁਰੂ ਨਾਨਕ ਸਾਹਿਬ ਮਰਦ ਕਹਿੰਦੇ ਨਿਕਲਿਆ ਬਾਹਰ ਤੱਤੇ ਠੰਡੇ 'ਚ ਰੱਬ ਨਹੀਂ ਧਿਆਨ ਦਿਓ ਕਿਹੜੀਆਂ ਗੱਲਾਂ 'ਚ ਸਾਨੂੰ ਮਰਦ ਨਹੀਂ ਕੱਢਦਾ ਠੰਡੀਆਂ ਬਰਫ਼ਾਂ 'ਚ ਰਹਿਣਾ ਰੱਬ ਨਹੀਂ ਮਿਲਦਾ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਨਾ ਵੀ ਜੇ ਕੋਈ ਜੰਗਲਾਂ 'ਚ ਤੁਰਿਆ ਫਿਰਦਾ ਵੀ ਉੱਥੇ ਰੱਬ ਮਿਲ ਜੂ ਹਿਮਾਲਿਆ ਦੇ ਜੰਗਲਾਂ 'ਚ ਬਰਫ਼ਾਂ 'ਚ ਸੜਦਾ ਗਲਦਾ ਫਿਰਦਾ ਗੁਰੂ ਸਾਹਿਬ ਕੀ ਕਹਿੰਦੇ ਕਾਹੇ ਰੇ ਬਨ ਖੋਜਦਾ ਸਾਹਿਬ ਕਹਿੰਦੇ ਕਿਉਂ ਲੱਭਦਾ ਫਿਰਦਾ ਰੱਬ ਕੋਈ ਘੁੰਮਿਆ ਹੋਇਆ ਉਹ ਗਵਾਚਿਆ ਉਹ ਕੋਈ ਕਿਹਨੂੰ ਲੱਭਦਾ ਫਿਰਦਾ ਗਵਾਚਿਆ ਤੇ ਤੂੰ ਆ ਆਪਣੇ ਆਪ ਨੂੰ ਲੱਭ ਤੂੰ ਹੈ ਕਿੱਥੇ ਫਿਰਦਾ ਬੰਦਾ ਰੱਬ ਨੂੰ ਲੱਭਦਾ ਸਾਰੀ ਦੁਨੀਆ ਰੱਬ ਨੂੰ ਲੱਭਦੀ ਫਿਰਦੀ ਰੱਬ ਥੋੜ੍ਹੀ ਗਵਾਚਿਆ ਗਵਾਚਿਆ ਮਨ ਹੋਇਆ ਗਵਾਚੇ ਅਸੀਂ ਹੋਏ ਹਾਂ ਗੁਰੂ ਸਾਹਿਬ ਕਹਿੰਦੇ ਕੀ ਕਰਦਾ ਹੈ ਕਹਿੰਦਾ ਜੀ ਰੱਬ ਨੂੰ ਖੁਸ਼ ਕਰਦਾ ਮਰਜ ਕਹਿੰਦੇ ਰੱਬ ਨੂੰ ਨਹੀਂ ਤੂੰ ਆਪਣੀ ਹੋਮੇ ਨੂੰ ਖੁਸ਼ ਕਰਦੇ ਹੈ ਲੋਕ ਕਹਿਣਗੇ ਵਾਹ ਉਹ ਇਹਨੂੰ ਠੰਡ ਨਹੀਂ ਲੱਗਦੀ ਅਸੀਂ ਵੀ ਕਈ ਸਾਡੇ 'ਚ ਹੁੰਦੇ ਹੁੱਬ ਹੁੱਬ ਕੇ ਦੱਸਦੇ ਕੁੰਦਲ ਤੂੰ ਕਾਹਦਾ ਸਿੱਖਾਂ ਗਾ ਨੂੰ ਪਾਣੀ ਨਾ ਨਹਾਉਣਾ ਉਹਨੂੰ ਵਿਚਾਰੇ ਨੂੰ ਕੋਈ ਬਿਮਾਰੀ ਹੋਊਗੀ ਹੋ ਸਕਦਾ ਸਿਹਤ ਠੀਕ ਨਾ ਹੋਵੇ ਨਾ ਨਹਾਉਣ ਨਾਲੋਂ ਤੇ ਗਰਮ ਪਾਣੀ ਨਾਲ ਨਹਾ ਲੈਣਾ ਚੰਗਾ ਨਾ ਤੇ ਇੱਕ ਮੇਰੇ ਵਰਗਾ ਆਊਗਾ ਹੋਮੇ ਦਾ ਭਰੇ ਲੈ ਮੈਂ ਤੇ ਸਵੇਰੇ 1 ਵਜੇ ਨਹਾ ਲੈਣਾ ਟੈਂਕੀ ਦੇ ਠੰਡੇ ਪਾਣੀ ਨਾਲ ਮੈਂ ਕਿਹਾ ਰੇਡੀਏਟਰ ਵਾਂਗੂ ਦਿੱਤਾ ਪਿਆ ਫਿਰਦਾ ਠੰਡੇ ਨਾਲ ਨਹਾਉਣ ਦਾ ਫਾਇਦਾ ਕੀ ਹੋਇਆ ਜੇ ਤੂੰ ਠੰਡੇ ਨਾਲ ਨਹਾਉਣਾ ਅੰਦਰੋਂ ਤੇ ਠੰਡਾ ਹੁੰਦਾ ਨਾ ਤੂੰ ਤੇ ਦੱਸਦਾ ਫਿਰਦਾ ਲੋਕਾਂ ਨੂੰ ਵੀ ਮੇਰੇ ਤੇ ਬੜੀ ਕਿਰਪਾ ਹੈ ਫਿਰ ਇਹੋ ਜਿਹੇ ਬੁਖਾਰ ਲਈ ਫਿਰਦੇ ਹੁੰਦੇ ਕਹਿੰਦੇ ਅੱਜ ਭਾਈ ਸਾਹਿਬ 103 ਚੜਿਆ ਹੋਇਆ ਠੀਕ ਹੈ ਜਿੰਨੇ ਤੁਸੀਂ ਜੋਗੇ ਹੋ ਘਰੋਂ ਠੰਡੇ ਨਾਲ ਨਹਾ ਸਕਦੇ ਹੋ ਬਹੁਤ ਚੰਗਾ ਨਾ ਨਹਾਉਣ ਨਾਲੋਂ ਤੇ ਗਰਮ ਵੀ ਚੰਗਾ ਨਾ ਨਹਾਉਣ ਨਾਲੋਂ ਨਾ ਇਸ਼ਨਾਨ ਕਰਨ ਨਾਲੋਂ ਚੰਗਾ ਹੈ ਸਵੱਛਤਾ ਰੱਖਣੀ ਹੈ ਸਰੀਰ ਦੀ ਸ਼ੁੱਧਤਾ ਰੱਖਣੀ ਹੈ ਗੁਰੂ ਸਾਹਿਬ ਨੂੰ ਕਹਿੰਦਾ ਕਹਿੰਦਾ ਜੀ ਮੈਂ ਤੇ ਠੰਡੇ ਪਾਣੀ 'ਚ ਇਸ਼ਨਾਨ ਕੀਤਾ ਮਰਦ ਕਹਿੰਦੇ ਰੱਬ ਨੇ ਠੰਡ ਬਣਾਈ ਹੈ ਕਿ ਸ਼ੈਤਾਨ ਨੇ ਥੋੜ੍ਹਾ ਬਣਾਈ ਹੈ
ਵੀ ਤੂੰ ਵਿਖਾਵਾ ਕਰਦਾ ਹੈ। ਉਹਨੂੰ ਆ ਗਈ ਸਮਝ ਵੀ ਗੱਲ ਤਾਂ ਸਹੀ ਹੈ, ਫਕੀਰ ਬੇਪਰਵਾਹ ਲੱਗਦੇ ਰੱਬ ਨਾਲ ਜੁੜੇ ਆ, ਗੁਰੂ ਨਾਨਕ ਸਾਹਿਬ ਕਿਤੇ ਬਾਹਰ ਨਿਕਲੇਗਾ, ਇਸ ਹੋਮੇ ਚੋਂ ਬਾਹਰ ਨਿਕਲ, ਪਾਣੀ ਚੋਂ ਨਿਕਲ ਕੇ ਕੀ ਕਰੇਗਾ, ਸਤਨਾਮ ਇੱਕ ਸ਼ਬਦ ਨਾਲ ਦੋ ਅਰਥ ਕਰ ਦੇਗਾ, ਕਹਿੰਦੇ ਬਾਹਰ ਆ ਜਾ, ਇੱਕ ਇਸ ਪਾਣੀ ਚੋਂ ਨਿਕਲ ਬਾਹਰ ਜਿਹੜਾ ਦਿਖਾਵਾ ਕਰਦਾ, ਠੀਕ ਹੈ ਠੰਡੇ ਪਾਣੀ ਨਾਲ ਲਾਓ ਬਹੁਤ ਚੰਗਾ ਹੈ, ਬਹੁਤ ਚੰਗਾ ਸਰੀਰ ਦੇ ਲਈ ਕਿ ਠੰਡੇ ਨਾ ਨਹਾਈ, ਪਰ ਹੁਣ ਦਿਖਾਵਾ ਕਰਕੇ ਨਹਾਉਣਾ ਵੀ ਮੈਨੂੰ ਕਿਹੜਾ ਠੰਡ ਲੱਗਦੀ ਜੀ, ਦੇਖੋ ਮੈਂ ਕਿਹੜਾ ਚੁੱਪੀ ਲਾ ਰੱਖੀ, ਇਹ ਦਿਖਾਵਾ ਹੈ। ਇਹਦੇ ਲਈ ਗੁਰੂ ਸਾਹਿਬ ਐਗਰੀ ਨਹੀਂ ਕਰਦੇ, ਦਿਖਾਵਾ ਨਹੀਂ ਪਸੰਦ ਰੱਬ ਨੂੰ, ਇੱਥੇ ਬਹੁਤ ਚੰਗਾ ਜੇ ਕੋਈ ਅੰਮ੍ਰਿਤ ਵੇਲੇ ਠੰਡੇ ਨਾਲ ਨਹਾ ਲਏ ਤਾਂ ਉਹਦੇ ਵਰਗੀ ਕਿਹੜੀ ਗੱਲ ਹੈ, ਠੰਡੇ ਪਾਣੀ ਨਾਲ ਇਸ਼ਨਾਨ ਕਰਿਆ ਮੁੜ ਕੇ ਠੰਡ ਨਹੀਂ ਲੱਗਦੀ, ਬਹੁਤ ਵੱਡਾ ਗੁਣਾ ਬੈਨੀਫਿਟ ਆ। ਪੁਰਾਣੇ ਲੋਕ ਨਹਾਉਂਦੇ ਸੀ, ਅੱਜ ਵੀ ਨਹਾਉਂਦੇ ਜਿਹਨਾਂ 'ਤੇ ਗੁਰੂ ਦੀ ਕਿਰਪਾ, ਪਰ ਕੋਈ ਮੇਰੇ ਵਰਗਾ ਹੁੱਬ ਹੁੱਬ ਕੇ ਦੱਸੋ ਜੀ ਮੈਂ ਠੰਡੇ ਨਾਲ, ਬਸ ਮੈਂ ਠੰਡੇ ਨਾਲ ਨਹਾਉਂਗਾ, ਜਿਹੜੀ ਤੇਰੀ ਮੈਂ ਨਹਾਉਂਦੀ ਆ ਨਾ ਇਹ ਅਜੇ ਵੀ ਬਿਮਾਰ ਹੈ, ਇਹ ਅਜੇ ਵੀ ਸੈਟਿਸਫਾਈ ਨਹੀਂ ਹੈ, ਅੰਦਰੋਂ ਅਜੇ ਵੀ ਪਰੇਸ਼ਾਨ ਹੈ। ਗੁਰੂ ਸਾਹਿਬ ਦਾ ਬਚਨ ਸੁਣ ਕੇ ਬਾਹਰ ਆਇਆ, ਕਹਿੰਦੇ ਬਾਹਰ ਅੱਗੇ ਲੱਗ ਗਿਆ ਕੰਬਣ, ਮਰਦ ਕਹਿੰਦੇ ਬਸਤਰ ਲੈ ਲਾ, ਇਹ ਸਰੀਰ ਹੈ ਰੱਬ ਦੀ ਦਿੱਤੀ ਹੋਈ ਦਾਤ ਹੈ, ਇਹਨੂੰ ਸਤਾ ਨਾ। ਕਹਿੰਦੇ ਉਹਨੇ ਜੀ ਕੰਬਲੀ ਦੀ ਬੁੱਕਲ ਮਾਰੀ, ਗੁਰੂ ਸਾਹਿਬ ਨੂੰ ਮੱਥਾ ਟੇਕਿਆ, ਉਹ ਖਦਰੀ ਹੋਏ, ਸਤਿਗੁਰਾਂ ਦੇ ਬਚਨਾਂ ਨੇ ਖਿਰਦਾ ਹਲਾ ਕੇ ਰੱਖਦਾ, ਹਵੇ ਬੰਧਨ ਕੀਨੀ ਸੰਤ ਰੂਪ ਲਖ ਮਹਿਮਾ ਕੀਨੀ, ਸਤਿਗੁਰਾਂ ਨੂੰ ਸੰਤ ਰੂਪ ਜਾਣ ਕੇ ਮਹਿਮਾ ਜਾਣ ਕੇ ਕਹਿੰਦਾ ਮੇਰੇ ਤੇ ਕਿਰਪਾ ਕਰ ਦਿਓ, ਸਤਿਗੁਰੂ ਕਹਿੰਦੇ ਠੀਕ ਹੈ ਤੂੰ ਬਾਹਰੋਂ ਠੰਡਾ ਹੈ, ਸੱਜਣਾ ਅੰਦਰੋਂ ਵੀ ਠੰਡਾ ਰਿਹਾ ਕਰ, ਸਤਨਾਮ ਸ਼ਾਂਤ ਨਿਮਰਤਾ ਚ, ਕਿਸੇ ਗੁਨਾਹ ਤੇ ਔਗਣ ਨੂੰ ਵੇਖ ਕੇ ਤਲ ਖਿੱਚ ਨਹੀਂ ਆਉਣਾ, ਸਾਡਾ ਸੁਭਾਅ ਇਹ ਹੈ, ਸਾਡਾ ਨਾ ਹਰ ਵੇਲੇ ਟੈਂਪਰ ਹਾਰੀ ਰਹਿੰਦਾ ਹੈ, ਹਰ ਮਾੜੀ ਜੀ ਗੱਲ ਵੇਖੀ ਅਸੀਂ ਆਪੇ ਤੋਂ ਬਾਹਰ ਹੋ ਜਾਂਦੇ, ਬਰਦਾਸ਼ਤ ਨਹੀਂ ਹੁੰਦੀ, ਬੰਦਗੀ ਨਾਲ ਕੀ ਹੁੰਦਾ, ਕੂਲ ਡਾਊਨ ਆ ਜਾਂਦਾ ਬੰਦਾ, ਸਾਹਮਣੇ ਕੋਈ ਗੱਲ ਵੇਖੀ ਨੁਕਸਾਨ ਵੇਖਿਆ ਕਹਿੰਦੇ ਫਿਰ ਕੀ ਹੋ ਗਿਆ, ਤਾਂ ਕੀ ਹੋ ਗਿਆ, ਜਨਮ ਸ਼ਕਤੀ ਹੈ ਨਹੀਂ, ਇੱਥੇ ਤੇ ਮੇਰੇ ਵਰਗੇ ਤੋਂ ਫਰਸ਼ ਤੇ ਪਾਣੀ ਦੀ ਬੂੰਦ ਡੁੱਲ ਜੇ ਕਲਪ ਜਾਂਦਾ ਹੈ, ਬਣ ਨੂੰ ਬ੍ਰਹਮ ਗਿਆਨੀ ਕਰਦਾ ਸਤਨਾਮ, ਹਾਲਤ ਹੀ ਹੈ ਨਾ, ਉਹ ਰੱਬ ਦੇ ਪਿਆਰੇ ਜਿਹੜੇ ਅੰਦਰੋਂ ਜੁੜ ਜਾਂਦੇ ਉਹਦੇ ਸਾਹਮਣੇ ਫਰਸ਼ ਛੱਡੋ ਕੁਛ ਵੀ ਟੁੱਟਦੇ, ਹੱਸ ਕੇ ਕਹਿੰਦਾ ਤਾਂ ਕੀ ਹੋ ਗਿਆ, ਅਸੀਂ ਰੱਬ ਦੇ ਪਿਆਰੇ ਪਤਾ ਕਿੱਥੋਂ ਬਣਦੇ ਹਾਂ, ਜਿੱਦਣ ਕਿਤੇ ਸਾਡੇ ਛੋਟੇ ਜਿਹੇ ਬੱਚੇ ਤੋਂ ਕੋਈ ਚੀਜ਼ ਟੁੱਟ ਜੇ ਉਦੋਂ ਅਸੀਂ ਬ੍ਰਹਮ ਬੇਤੇ ਬਣਿਆ, ਕਹਿੰਦੇ ਪੁੱਤ ਕੋਈ ਨਹੀਂ ਕੁਛ ਨਹੀਂ ਹੋਇਆ, ਇਹੀ ਚੀਜ਼ ਕਿਸੇ ਵੱਡੇ ਤੋਂ ਟੁੱਟੀ ਹੁੰਦੀ ਉਦੋਂ ਕਹਿੰਦਾ ਵੀ ਪੁੱਤ ਕੋਈ ਨਹੀਂ ਕੁਝ ਨਹੀਂ ਹੋਇਆ, ਉੱਥੇ ਹੋਰ ਆ ਸੀ ਅਤੇ, ਪਰ ਜਿਹੜਾ ਬੰਦਗੀ ਕਰਦਾ ਉਹਨੂੰ ਕੋਈ ਪਰਵਾਹ ਨਹੀਂ, ਕਹਿੰਦੇ ਟੁੱਟ ਗਿਆ ਕੀ ਹੋਇਆ, ਜੁੜ ਜੂਗਾ, ਜੁੜਨ ਵਾਲੀਆਂ ਚੀਜ਼ਾਂ ਟੁੱਟਦੀਆਂ ਅਤੇ ਟੁੱਟਣ ਵਾਲੀਆਂ ਜੁੜਦੀਆਂ, ਇਹਨਾਂ ਚੀਜ਼ਾਂ 'ਚ ਤਾਂ ਕੁਝ ਨਹੀਂ ਨਾ ਰੱਖਿਆ, ਪਰ ਸਾਡਾ ਮਨ ਇੰਨਾ ਕੁ ਜੁੜਿਆ ਹੋਇਆ ਪਤਾ ਨਹੀਂ ਕੀ ਹੋ ਜੂਗਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਅੰਦਰੋਂ ਸ਼ਾਂਤ ਹੋ, ਤੂੰ ਖੱਤਰੀ ਹੈ, ਦਿਖਾਵੇ ਕਰਦਾ, ਦਿਖਾਵਾ ਨਾ ਕਰ, ਦੁਨੀਆ ਤੇਰਾ ਦਿਖਾਵਾ ਵੇਖ ਤੈਨੂੰ ਮੂੰਹ ਤੇ ਚੰਗਾ ਆ, ਕੋਈ ਪਿੱਠ ਪਿੱਛੇ ਲੋਕ ਬੋਲਣਗੇ ਵੱਡਾ ਬਣਦਾ ਆਪਣੇ ਆਪ ਬੋਲਦੇ ਪਿੱਛੋਂ, ਸਾਹਿਬ ਕਹਿੰਦੀ ਇਹੋ ਜਿਹੇ ਗੁਣ ਕਮਾ ਅੰਦਰੋਂ ਸ਼ਾਂਤ ਹੋ ਕੇ ਪਰਮਾਤਮਾ ਵੇਖ ਤੈਨੂੰ ਪ੍ਰਸੰਨ ਹੋਵੇ, ਆਪਾਂ ਅਕਾਲ ਪੁਰਖ ਵਾਹਿਗੁਰੂ ਤੇਰੇ ਤੇ ਤੁਰਠੇ, ਜਦੋਂ ਰੱਬ ਤੁਰਠ ਜੇ ਨਾ ਜੀਵਨ ਵਿੱਚ ਨਿਮਰਤਾ ਅਤੇ ਨਿਰਵਾਣਤਾ ਇੰਨੀ ਆ ਜਾਂਦੀ ਹੈ ਵੀ ਗੁੱਸਾ ਨਾਮ ਦੀ ਚੀਜ਼ ਹੀ ਨਹੀਂ, ਅਜੇ ਵੀ ਅਸੀਂ ਭਰੇ ਹੋਏ ਹਾਂ ਸਾਰੇ, ਹੌਲੀ ਹੌਲੀ ਮਰਜ਼ ਕਿਰਪਾ ਕਰ ਰਹੇ, ਘੱਟਦਾ ਜਾਵੇ ਘੱਟਦਾ ਜਾਵੇ, ਫਿਲਹਾਲ ਤਾਂ ਅਸੀਂ ਤਾਂ ਗੁੱਸੇ ਬਰੂਦ ਦੇ ਢੇਰ 'ਤੇ ਬੈਠੇ ਹਾਂ, ਕੁਝ ਵੀ ਹੋ ਜੇ ਬਰਦਾਸ਼ਤ ਤੋਂ ਬਾਹਰ ਹੈ, ਅਰ ਸਿੱਧੀ ਜੀ ਗੱਲ ਇਹ ਵੀ ਹੈ ਵੀ ਗੁੱਸਾ ਗਾਸਾ ਕਰਕੇ ਹੁੰਦਾ ਕੁਛ ਨਹੀਂ, ਜਿਹੜੀ ਚੀਜ਼ ਟੁੱਟ ਗਈ ਟੁੱਟ ਗਈ, ਉਹਨੇ ਜੁੜਨਾ ਨਹੀਂ ਗੁੱਸਾ ਕਰਿਆ ਤੋਂ, ਜਿਸ ਚੀਜ਼ ਦਾ ਨੁਕਸਾਨ ਹੋ ਗਿਆ ਹੋ ਗਿਆ, ਜੋ ਪਿੱਛੜ ਗਿਆ ਪਿੱਛੜ ਗਿਆ, ਉਹ ਸਾਡਾ ਪਾਸਟ ਸੀ, ਤੂੰ ਪ੍ਰੈਜੈਂਟ ਵਿੱਚ ਤਾਂ ਨਾ ਕਲਪ, ਇਹ 'ਚ ਤਾਂ ਨਾ ਰੋ, ਇਹ 'ਚ ਸ਼ਾਂਤ ਰਹਿ, ਵਾਹਿਗੁਰੂ ਜੋ ਹੋਇਆ ਤੇਰੀ ਰਜ਼ਾ 'ਚ ਹੋਇਆ, ਦੇਣ ਵਾਲਾ ਵੀ ਤੂੰ ਸੀ, ਖੋਣ ਵਾਲਾ ਵੀ ਤੂੰ ਸੀ, ਬਖਸ਼ਿਆ ਵੀ ਤੇਰਾ ਅਤੇ ਗਵਾਇਆ ਵੀ ਤੂੰ, ਸਤਨਾਮ। ਆਹ ਅਵਸਥਾ ਗੁਰੂ ਨਾਨਕ ਸਾਹਿਬ ਨੇ ਜਾਂਦਿਆਂ ਨੂੰ ਹੀ ਬਖਸ਼ਤੀ, ਕਿੱਡੀ ਵੱਡੀ ਉਹਦੀ ਭਗਤੀ ਹੋਣੀ ਕਿੰਨੇ ਜਨਮਾਂ ਦੀ, ਜਿਹਨੂੰ ਗੁਰੂ ਨਾਨਕ ਸਾਹਿਬ ਨਹਾਉਂਦੇ ਹੀ ਮਿਲ, ਪਰ ਸਤਿਗੁਰੂ ਕਹਿੰਦੇ ਆ ਕਰਮ ਕਾਂਡ ਨਹੀਂ ਕਰਨੇ, ਆ ਦਿਖਾਵਾ ਨਹੀਂ ਕਰਨਾ, ਲੋਕਾਂ ਨੂੰ ਕੀ ਦਿਖਾਉਂਦਾ ਫਿਰਦਾ ਮੈਂ ਧਰਮੀ, ਕਿਸੇ ਨੇ ਕੀ ਕਰਨਾ, ਅਸੀਂ ਕਿਸੇ ਨੂੰ ਵਿਖਾਉਂਦੇ ਫਿਰੀਏ, ਅਸੀਂ ਕਿਸੇ ਦਾ ਸਰਟੀਫਿਕੇਟ ਲੈ ਲਾਂਗੇ ਵੀ ਕੋਈ ਮੈਨੂੰ ਪਾਠੀ ਕਹੇ, ਮੈਨੂੰ ਧਾਰਮਿਕ ਕਹੇ, ਮੈਨੂੰ ਬੰਦਗੀ ਵਾਲਾ ਕਹੇ, ਕੀ ਲੈਣਾ, ਸਾਡਾ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਨਜ਼ਰ ਸਾਨੀ ਕਰੇ, ਅਸੀਂ ਅੰਦਰੋਂ ਜੁੜੀਏ, ਅੰਦਰੋਂ ਅਵਸਥਾ ਬਣਾਈਏ, ਅੰਦਰੋਂ ਬਾਣੀ ਪੜ੍ਹ ਕੇ ਨਾਮ ਜਪ ਕੇ ਪ੍ਰਸੰਨ ਰਹੀਏ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਇਹਦੇ ਸਿਰ 'ਤੇ ਹੱਥ ਰੱਖ ਕੇ ਕਹਿੰਦੇ ਤੂੰ ਚਿੰਤਾ ਨਾ ਕਰ, ਅੰਦਰੋਂ ਆਪਣੇ ਆਪ ਨੂੰ ਆਨੰਦਿਤ ਕਰ।
हाथ बंद कै बिनय बखानी संत मिलन मम चाहे महानी। उसे वेले हाथ जोड़ के कहिंदा जी अज मैनू ना जीवन विच बड़ा चा होया, पहली बार चा होया। मर्द कहिंदे कादा? कहिंदा मैनू पूरे संत मिले रब दे प्यारे। इहनू कहिंदे आ पता नहीं रब केड़िया रंगा विच राजी है, कदों किहनू कित्थे मिल जाए, किहड़े रूप च मिल जाए, थोड़ा पता लगे। कहिंदा जी अज बड़ा आनंद मिलिया, सुभाविक है मनमुख बंदे कोल बैठोगे गुस्सा चढ़ी जाऊगा, मन कलपी जाऊगा, अंदरों परेशान हो जाओगे। किसी गुरमुख की संगत में बैठोगे ना गुस्सा कितने चले जाता है, क्रोध कितने गया, वैर विरोध कितने गया, दो घड़ी को बैठे सारा कुछ भुल गया, आनंद आ गया, क्योंकि जुड़े हुए ने उन्हां दी वाइब चंगी आ गई। गुरु नानक साहब महाराज कोल बैठे ना कहिंदा तुहानू मिल के बड़ा आनंद होया, एक दात दे जो महापुरखो, जिहड़ी शांति आनंद तुहानू मिल के मिले आ ना, ठंडे पानी बर्फ च बह के नहीं मिली, ये बरकरार रहे आपको सतनाम की ना भुलो। गुरु नानक साहब महाराज कहिंदे जा तैनू आनंद बख्शिया, ये आनंद ते गुरु दे कोल है। आनंद भया मेरी माए सतगुरु मैं पाया, जे गुरु मिल गया ना ते आनंद तां मिलदा है। गुरु नानक साहिब महाराज इन्ने प्रसन्न होए, सतगुरां थापड़ा बख्शिया ए, अवरावर पा पड़ पई परतीते, दर्श देख पा मन जुत प्रीते। खत्री सतगुरां नूं कहिंदा तुहानूं मिल के आनंद हो गया, विश्वास हो गया भी तुहाडे बिना रब नहीं। मर्द कहिंदे नहीं, रब रब है। गुण सिख लाया जो तो बाद किसे दी परवाह नहीं करनी, मैं लोगों को खुश करना है, जमाना मेरे ना नाराज होगा। गुरु नानक साहब समझाते भी आ नहीं किया लोग की कहे, आ नहीं किया समाज की कहेगा। गुरु साहब कहते तू अपना हिसाब रब न देना, सोच अज मैं बंदगी ना की, नाम ना जपया, मेरा वाहगुरु की कहेगा, सतनाम। मेरा प्यारा अज आनंदित क्यों नहीं है, टिकया क्यों नहीं बैठा? हूँ वो जे कर्म करता से समाज में विखाने वाले से, लोग कहते सी खत्री साहब बल्ले बल्ले तुहाडी ते बंदगी बहुत है जी, तुसी ते इन्नी ठंड च बर्फ ना नहा लेंगे हो, दिखावा सी एक कठोरता सी मन दी भी लोगों सामने करिए, मन दा हठ है। फिर साहब कहते ना बाणी च, मन हठ के ना पाए सब थके कर्म कमाए। कहते दुनिया कर्म कमा कमा थक गई, मन दा हठ करके जिद करके रब इदां थोड़ा मिलदा, सहज सुभा है। पूर्व कर्मन के फल पाए, पूर्ण संत मिले तुम आए। गुरु नानक साहिब महाराज फिर प्यार नाल कहिंदे आ, कहिंदे तेरे पूर्वले कर्म चंगे सी, तेनू अज साधु आ मिले आ, सतनाम बचन बख्शे। ये नहीं कहा भी तेनू रब मिल गया, साधु दसदे आ, फकीर दसदे आ, सतगुरां दे कोले बैठा। कहिंदा उपदेश दे दिओ जी, महाराज फिर उहदे कोल बैठे, ऐसा उपदेश उन्होंने बख्शिश किया जिहड़ा खतरी आप पखंड करता सी, सारा पिंड वेखदा हुंदा सी, कहिंदे बर्फ दे पानी च नहाऊ, इह ते रब दी बड़ी कृपा है। अज गुरु नानक साहिब तो उपदेश लैके उह सारे नगर दा गुरु बणिया, धार्मिक हस्ती बणी, ऐसा जुड़िया ब्रह्म ज्ञानी तत वेता बणिया, दुनिया नूं समझाउंदा कहिंदा इक वाहिगुरु तो बिना इत्थे कख वी नहीं आ, सतनाम। गुरु साहिब एक रात रुके उहदे कोले, अमृत वेले सतगुरु चले, कहिंदा मर्द मिले हो बिछड़ चले हो, तुहाडे बिना हुण चित नहीं लगना। गुरु नानक साहिब कहिंदे जद चित चेते करिया करेगा तैनू मिलिया करांगे, आखो सतनाम। असीं दूर नहीं तेरे तों, इत्थों उपदेश दे के मर्द अगली मंजिल वल जा रहे ने। वेखो कर्मां दी खेड आ ना, पखंड करके लोकां नूं खुश करदा सी सुभाव की रब जी आ गए, परमेश्वर ने वेख्या उस वेले समझाया, पुत्रा माड़े काम ना कर, दिखाव्या च कुछ नहीं रखिया, अंदरों एक हो ते वड्डे भाग ऐसी भी उन्हें कोई नुकता चीनी नहीं की, चरण फड़ के कहिंदा जी बस दया हो गई। यह जे अगों बोलन लग जाता तुसी कौन होने हो, मैं जुड़िया होया इन्ने साल तो मेरी भगती बनी, फिर गुरु साहब ने कहना चंगा भाई साहब मिलके भी कुछ नहीं सी खटना, उन्हें अज मिल के सब कुछ खट लिया। जिवें जिवें पातशाह रहमता करनगे आने वाले दिनों च आनंद माणांगे। वाहिगुरु वाहिगुरु।